ਹੁਣ ਤੋਂ ਕਰੀਬ 26 ਸਾਲ ਪਹਿਲਾਂ ਪੰਜਾਬ ਪੁਲਿਸ ਨੇ ਇਹ ਦਾਅਵਾ ਕੀਤਾ ਸੀ ਕਿ ਪ੍ਰੋਫੈਸਰ ਰਜਿੰਦਰਪਾਲ ਸਿੰਘ ਗਿੱਲ ਅਤੇ ਉਹਨਾਂ ਦੇ ਦੋ ਸਾਥੀਆਂ ਦੀ ਮੌਤ ਇੱਕ ਪੁਲਿਸ ਮੁੱਠਭੇੜ ਵਿੱਚ 26 ਜਨਵਰੀ 1999 'ਚ ਲੁਧਿਆਣਾ ਨੇੜੇ ਹੋਈ ਸੀ। ਸਾਬਕਾ ਪੁਲਿਸ ਇੰਸਪੈਕਟਰ ਗੁਰਮੀਤ ਸਿੰਘ ਪਿੰਕੀ, ਜੋ ਉਸ ਵੇਲੇ CIA ਸਟਾਫ ਲੁਧਿਆਣਾ ਵਿੱਚ ਤਾਇਨਾਤ ਸਨ, ਉਹਨਾਂ ਦੱਸਿਆ ਕਿ ਪ੍ਰੋਫੈਸਰ ਬੁਲਾਰਾ ਅਤੇ ਉਹਨਾਂ ਦੇ ਸਾਥੀਆਂ ਦੀ ਹੱਤਿਆ ਕਿਵੇਂ ਹੋਈ ਸੀ। ਉਹਨੇ ਇਹ ਵੀ ਦੱਸਿਆ ਕਿ ਇਸ ਸਾਰੇ ਵਾਕਿਆ 'ਚ ਮਰਨ ਵਾਲੇ 3 ਨਹੀਂ 4 ਸਨ। ਪ੍ਰੋਫੈਸਰ ਬੁਲਾਰਾ, ਜੋ ਉਸ ਵੇਲੇ PAU ਲੁਧਿਆਣਾ 'ਚ ਪ੍ਰੋਫੈਸਰ ਸਨ, ਉਹ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਕੁਝ ਹੋਈਆਂ ਘਟਨਾਵਾਂ ਕਰਕੇ ਅੰਡਰਗਰਾਊਂਡ ਹੋ ਗਏ ਸਨ। ਇੱਕ ਪੁਲਿਸ ਇਨਫੋਰਮਰ ਯਾਨੀ ਕੈਟ ਵੱਲੋਂ ਚੰਡੀਗੜ੍ਹ ਦੇ ਸੈਕਟਰ 15 ਦੇ ਰੈਸਟੋਰੈਂਟ ਤੋਂ ਬਾਹਰ 25 ਜਨਵਰੀ 1999 ਨੂੰ CIA ਸਟਾਫ ਲੁਧਿਆਣਾ ਨੇ ਦਬੋਚਿਆ ਸੀ। ਬੁਲਾਰਾ ਆਪਣੇ ਕਿਸੇ ਰਿਸ਼ਤੇਦਾਰ ਦਾ ਟਰੈਕਟਰ ਲੈ ਕੇ ਉੱਥੇ ਆਏ ਸਨ। ਇਹਨਾਂ ਚਾਰਾਂ ਨੂੰ ਦਬੋਚਣ ਲੱਗਿਆਂ ਹੱਥੋਪਾਈ ਹੋਈ, ਜਿਸ ਵਿੱਚ ਪਾਇਲ ਲਾਗੇ ਦਾਊ ਮਾਜਰਾ ਪਿੰਡ ਦਾ ਜਸਪਾਲ ਸਿੰਘ ਕਾਬੂ ਤੋਂ ਬਾਹਰ ਹੋ ਗਿਆ ਸੀ। CIA ਪਾਰਟੀ, ਜਿਸ ਦੀ ਅਗਵਾਈ ਸ਼ਿਵ ਕੁਮਾਰ ਕਰ ਰਹੇ ਸਨ, ਉਹਨਾਂ ਨੇ ਉਸ ਦੇ ਮੂੰਹ ਵਿੱਚ, ਜਸਪਾਲ ਸਿੰਘ ਦੇ ਮੂੰਹ ਵਿੱਚ ਸਾਇਨਾਈਡ ਦਾ ਕੈਪਸੂਲ ਪਾਇਆ। SHO ਪਾਇਲ ਸੰਤ ਕੁਮਾਰ ਵੀ ਉੱਥੇ ਹਾਜ਼ਰ ਸਨ। ਉਹਨਾਂ 'ਚੋਂ 3 ਨੂੰ ਲੁਧਿਆਣਾ ਲਿਜਾਇਆ ਗਿਆ ਅਤੇ ਲੁਧਿਆਣਾ SSP ਸੁਮੇਧ ਸਿੰਘ ਸੈਣੀ ਅੱਗੇ ਪੇਸ਼ ਕੀਤਾ ਗਿਆ। ਉੱਥੇ ਪੁੱਛਗਿੱਛ ਦੌਰਾਨ ਪ੍ਰੋਫੈਸਰ ਬੁਲਾਰਾ ਦਾ ਇੱਕ ਹੋਰ ਖਾੜਕੂ ਗੁਰਚਰਨ ਸਿੰਘ ਸੈਦਪੁਰ ਨਾਲ ਆਹਮੋ ਸਾਹਮਣਾ ਕਰਵਾਇਆ। ਤਸ਼ੱਦਦ ਤੋਂ ਬਾਅਦ ਪ੍ਰੋਫੈਸਰ ਬੁਲਾਰਾ ਅਤੇ ਉਹਨਾਂ ਦੇ ਦੋ ਸਾਥੀਆਂ ਨੂੰ ਮੁੱਠਭੇੜ ਵਾਸਤੇ SHO ਸਦਰ ਲੁਧਿਆਣਾ ਕੰਵਰਜੀਤ ਸਿੰਘ ਨੂੰ ਸੌਂਪਿਆ ਗਿਆ। ਬੁਲਾਰਾ ਦੇ ਦੋ ਸਾਥੀ ਸਨ ਮੁੱਲਾਂਪੁਰ ਗਰੀਬਦਾਸ ਦਾ ਦਵਿੰਦਰਪਾਲ ਸਿੰਘ ਹੈਪੀ ਅਤੇ ਚੰਡੀਗੜ੍ਹ ਦਾ ਪ੍ਰਭਜੀਤ ਸਿੰਘ ਮਿੰਟੂ। ਅਗਲੇ ਦਿਨ ਤਿੰਨਾਂ ਦਾ ਅਣਪਛਾਤੇ ਦੱਸ ਕੇ ਫਰਜ਼ੀ ਇਨਕਾਊਂਟਰ ਕੀਤਾ ਗਿਆ। ਇਹ ਗੁਰਮੀਤ ਸਿੰਘ ਪਿੰਕੀ ਦਾ ਦਾਅਵਾ ਹੈ। 89 'ਚ ਜਿਹੜਾ ਚੰਡੀਗੜ੍ਹੋਂ ਪ੍ਰੋਫੈਸਰ ਰਜਿੰਦਰਪਾਲ ਸਿੰਘ ਗਿੱਲ ਨੂੰ ਤੁਸੀਂ ਅਰੈਸਟ ਕੀਤਾ? ਨਹੀਂ, ਮੈਂ ਤਾਂ ਅਰੈਸਟ ਨਹੀਂ ਕੀਤਾ। ਅਰੈਸਟ ਵੈਸੇ ਉਹਨੂੰ CIA ਲੁਧਿਆਣੇ ਕੀਤਾ ਗਿਆ ਸੀ, ਸ਼ਿਵ ਕੁਮਾਰ ਸੀਗਾ। ਤੁਸੀਂ ਨਾਲ ਨਹੀਂ ਸੀ ਉਸ ਪਾਰਟੀ 'ਚ? ਮੈਂ ਪਾਰਟੀ ਨਾਲ ਸੀ। ਕਿੱਥੋਂ ਅਰੈਸਟ ਕੀਤਾ ਸੀ ਉਹਨੂੰ? ਇਹ 15 ਸੈਕਟਰ ਰੌਕਸੀ ਰੈਸਟੋਰੈਂਟ ਸੀਗਾ। ਰੌਕਸੀ ਰੈਸਟੋਰੈਂਟ 15, ਜੋ ਉੱਥੇ ਇਹਨਾਂ ਦੀ ਮੀਟਿੰਗ ਸੀਗੀ। ਅਤੇ ਪ੍ਰੋਫੈਸਰ ਰਜਿੰਦਰਪਾਲ ਸਿੰਘ ਗਿੱਲ ਜਿਹੜਾ ਫੜਿਆ ਗਿਆ ਸੀ, ਉਹ ਸੈਦਪੁਰ ਨੇ ਫੜਾਇਆ ਸੀ? ਸੈਦਪੁਰ ਇੱਕ, ਉੱਥੇ ਮੁੰਡਾ ਗੁਰਪ੍ਰੀਤ ਸਿਵੀਆ ਸੀ ਰਾਏਕੋਟ ਦਾ, ਇੱਕ ਸੀਗਾ ਜਸਪਾਲ ਦਾਊ ਮਾਜਰਾ, ਦਲਜੀਤ ਮਿੱਟੂ ਨੇ ਉੱਥੇ ਆਉਣਾ ਸੀ। ਇਹਨਾਂ ਦੀ ਰੌਕਸੀ ਚੰਦਰ ਮੀਟਿੰਗ ਸੀਗੀ। ਜਸਪਾਲ ਦਾਊ ਮਾਜਰੇ ਦੇ ਮੂੰਹ 'ਚ ਸੰਤ ਕੁਮਾਰ ਨੇ ਸਾਈਨਰ ਪਾ ਕੇ ਉਹ ਉੱਥੇ ਮਰ ਗਿਆ। ਸਾਈਨਰ ਪਾ ਤੀ, ਪ੍ਰੋਫੈਸਰ ਆਇਆ ਸੀ ਟਰੈਕਟਰ ਮੈਸੀ ਫਰਗੂਸਨ 'ਤੇ। ਪਾਰਟੀ ਜਿਹੜੀ ਆਈ ਸੀ CIA ਤੋਂ, ਇਹਦਾ ਹੈੱਡ ਕੌਣ ਸੀਗਾ? ਇਹਦਾ ਸ਼ਿਵ ਕੁਮਾਰ ਜੀ। ਬਾਅਦ ਜਿਹੜੇ SSP ਬਣਿਆ, ਜਿਹੜਾ ਬਾਅਦ 'ਚ SP ਬਣਿਆ, ਉਦੋਂ ਇੰਸਪੈਕਟਰ ਸੀਗਾ ਨਾਲ ਸ਼ਮਸ਼ੇਰ ਸਿੰਘ ਗੁੱਡੂ ਸੀ ਸਬ ਇੰਸਪੈਕਟਰ। ਸ਼ਿਵ ਕੁਮਾਰ ਹੈੱਡ ਸੀ ਇਸ ਪਾਰਟੀ ਦਾ, ਇੰਸਪੈਕਟਰ ਸੀ ਉਦੋਂ? ਉਹ ਇੰਸਪੈਕਟਰ ਸੀ ਸ਼ਿਵ ਕੁਮਾਰ ਸਬ ਇੰਸਪੈਕਟਰ, ਸ਼ਮਸ਼ੇਰ ਗੁੱਡੂ ਸਬ ਇੰਸਪੈਕਟਰ, ਸੰਤ ਕੁਮਾਰ ਸਬ ਇੰਸਪੈਕਟਰ। ਅਤੇ ਉੱਥੋਂ ਜਦੋਂ ਫੜਿਆ, ਤੁਸੀਂ ਨਾਲ ਸੀ? ਮੈਂ ਨਾਲ ਸੀ। ਉਸ ਤੋਂ ਬਾਅਦ ਇਹਨਾਂ ਨੇ ਰੰਗੀਆਂ ਪਿੰਡ ਹੈ ਇੱਕ ਮਰਿੰਡੇ ਦੇ ਕੋਲ। ਕਿਹੜਾ ਪਿੰਡ ਹੈ? ਰੰਗੀਆਂ। ਉਹ ਇਹਦੇ ਰਿਸ਼ਤੇਦਾਰ ਸੀਗੇ ਪ੍ਰੋਫੈਸਰ ਬੁਲਾਰੇ ਦੇ, ਇਹ ਉੱਥੋਂ ਉਹਨਾਂ ਦਾ ਟਰੈਕਟਰ ਮੈਸੀ ਮੰਗ ਕੇ ਲਿਆਇਆ ਸੀ। ਉੱਥੇ ਮੀਟਿੰਗ ਸੀਗੀ ਰੌਕਸੀ 'ਚ, ਮੀਟਿੰਗ ਤੋਂ ਪਹਿਲਾਂ ਗੁਰਚਰਨ ਸੈਦਪੁਰ ਆਲਰੇਡੀ ਫੜਿਆ ਸੀ। ਉਹਨੇ ਦੱਸਿਆ ਸੀ ਵੀ ਉਹਨੇ ਨਿਸ਼ਾਨਦੇਹੀ ਕਰਾਈ ਸੀ। ਉਹਦੀ ਨਿਸ਼ਾਨਦੇਹੀ 'ਤੇ ਸ਼ਿਵ ਕੁਮਾਰ ਨੇ ਇਹਨੂੰ ਫੜ ਕੇ ਪ੍ਰੋਫੈਸਰ ਨੂੰ ਗੱਡੀ ਸਿੱਟ ਰਿਹਾ। ਗੁੱਡੂ ਗੱਡੀ ਚਲਾ ਰਿਹਾ ਸੀ। ਜਿਹੜਾ ਜਸਪਾਲ ਦਾਊ ਮਾਜਰਾ, ਉਹਦੀ ਲਾਸ਼ ਆ ਗਈ ਉੱਥੇ ਸੈਨੇਟਰ, ਉਹਨੂੰ ਗੱਡੀ 'ਚ ਪਾ ਲਿਆ, ਲਿਜਾ ਕੇ ਉੱਥੇ ਲੁਧਿਆਣੇ ਲੈ ਗਏ। ਸੋ ਤੁਸੀਂ ਇਹਨੂੰ ਫੜ ਕੇ, ਇੱਥੇ ਜੋਗਿੰਦਰ ਸਿੰਘ ਖਹਿਰਾ SPD ਸੀ, ਜੋਗਿੰਦਰ ਸਿੰਘ ਖਹਿਰਾ SPD ਸੀ, ਬਲਵੰਤ ਸਿੰਘ ਗਿੱਲ SP ਪ੍ਰੇਸ਼ਨ ਸੀ, ਅਤੇ ASP ਸੀ ਚਟੋਪਾਧਿਆ, ਸਿਧਾਰਥ ਚਟੋਪਾਧਿਆ। ਉੱਥੇ ਲਿਜਾ ਕੇ ਇਹਨਾਂ ਦਾ ਮੈਸੇਜ ਆ ਗਿਆ ਵੀ 82 ਬਟਾਲੀਅਨ ਦੁਗਰੀ ਇਹਨਾਂ ਨੂੰ ਲਿਆਓ ਉੱਥੇ। ਉੱਥੇ 82 ਬਟਾਲੀਅਨ ਦੁਗਰੀ ਲੱਗੇ। ਲਿਜਾਣ ਤੋਂ ਬਾਅਦ ਇਹਨਾਂ ਨੇ ਅੰਦਰੋਂ ਅੰਦਰ ਹੀ ਆਪਣਾ ਸਾਰਾ ਕੁਛ, ਜੋ ਵੀ ਅਸੀਂ ਤਾਂ ਬਾਹਰ ਬੈਠੇ ਸੀ, ਇਹਨਾਂ ਨੇ ਜੋ ਕੀਤਾ। ਜਦੋਂ ਤੁਸੀਂ ਲੈ ਕੇ ਗਏ ਜੇ ਪ੍ਰੋਫੈਸਰ ਬੁਲਾਰਾ ਨੂੰ, ਅਤੇ ਉਦੋਂ ਤੁਸੀਂ ਆਪ ਉਹਨੂੰ ਜਦੋਂ SSP ਕੋਲ ਲੈ ਕੇ ਗਏ ਆ, ਤੁਸੀਂ ਉੱਥੇ ਸੀ? ਮੈਂ ਉੱਥੇ ਸੀ। ਕੀ ਉਹਦਾ ਕੀ ਰਿਐਕਸ਼ਨ ਸੀ, ਕਿਵੇਂ ਉਹਨੇ? ਅੰਦਰ ਉੱਥੇ ਗਏ ਨੇ, 5 ਅਫਸਰ ਸੀਨੀਅਰ ਬੈਠੇ ਸੀ, ਸ਼ਿਵ ਕੁਮਾਰ ਸੀ ਅਤੇ ਸ਼ਮਸ਼ੇਰ ਗੁੱਡੂ ਸੀ। ਸਾਨੂੰ ਤਾਂ ਇਹਨਾਂ ਨੇ ਬਾਹਰ ਭੇਜਤਾ, ਅਸੀਂ ਬਾਹਰ ਆ ਗਏ ਸੀ। ਅੰਦਰ ਜੋ ਇਹਨਾਂ ਦੇ ਗੱਲਾਂ ਹੋਈਆਂ, ਉਹਨਾਂ ਤੋਂ ਕਾਫੀ ਇਹ ਪਤਾ ਲੱਗਿਆ ਵੀ ਇਹਨਾਂ ਨੇ ਉਹਨੂੰ ਪ੍ਰੋਫੈਸਰ ਬੁਲਾਰੇ ਨੂੰ ਗਾਲਾਂ ਕੱਢੀਆਂ। ਇੱਕ ਟਾਈਮ ਸੀਗਾ ਜਦੋਂ ਪ੍ਰੋਫੈਸਰ ਬੁਲਾਰੇ ਦੀ ਵਾਈਫ ਨੂੰ ਫੜ ਕੇ CIA ਲੈ ਗਏ ਸੀ,
ਉਹਦੇ ਪੱਟੇ ਮਾਰੇ ਉੱਥੇ। ਕਿੰਨੇ ਪੱਟੇ ਮਾਰੇ ਸੀ? ਉਹਦਾ ਨਾਂ ਲੈ ਰਹੇ ਸੀ ਐਸਐਸਪੀ ਸਾਹਿਬ ਦਾ, ਬਟ ਉੱਥੇ ਜਦੋਂ ਗੱਲ ਹੋਈ ਤਾਂ ਇਹਨਾਂ ਨੇ ਉਹਨੂੰ ਕਿਹਾ ਵੀ ਤੂੰ ਉਦੋਂ ਕਹਿੰਦਾ ਸੀ ਮੇਰੀ ਜਨਾਨੀ ਕੁੱਟੀ, ਇਹਨੇ ਗੁਰਚਰਨ ਸਾਹਿਬ ਨੂੰ ਵੀ ਆਪਾਂ ਸੈਣੀ ਨੂੰ ਮਾਰਨਾ, ਅਤੇ ਹੁਣ ਮੈਂ ਤਾਂ ਮਰਿਆ, ਤੂੰ ਦੱਸ ਤੇਰਾ ਕੀ ਹੋਊਗਾ। ਉਹੀ ਜਿਹਾ ਗੱਲਾਂ ਬਾਤਾਂ ਹੋਣ ਦੇ ਬਾਵਜੂਦ ਉਹਨੇ ਕਿਹਾ ਵੀ ਮੈਂ ਕਿਹਾ ਸੀ ਮੈਂ ਮਾਰਨਾ, ਉਹ ਨਹੀਂ ਮੰਨਿਆ, ਉਹ ਕਹਿੰਦਾ ਮੈਂ ਇਹ ਗੱਲ ਨਹੀਂ ਕਹੀ। ਸਾਡੇ ਉੱਥੇ ਖੜ੍ਹੇ ਖੜ੍ਹੇ ਫਿਰ ਕਵਰਜੀਤ ਹੁੰਦਾ ਸੀ ਸੱਚੋ ਸਦਰ ਲੁਧਿਆਣੇ, ਉਹਨੂੰ ਬੁਲਾ ਰਿਹਾ ਸੀ, ਉਹਨੂੰ ਕਹਿੰਦਾ ਵੀ ਜਿਹੜੇ ਬੰਦੇ ਫੜ ਕੇ ਲਿਆਏ ਤੁਸੀਂ ਤਾਂ ਸਾਰੇ ਜਾਓ, ਅਤੇ ਇਹ ਕਵਰਜੀਤ ਦੇ ਹਵਾਲੇ ਉਹਨਾਂ ਨੇ ਉੱਥੇ ਕਰਤਾ ਸੀ। ਪਰ ਸੈਦਪੁਰ ਨੂੰ ਲਿਆਂਦਾ ਫਿਰ ਸਾਹਮਣੇ, ਸੈਦਪੁਰ ਨੂੰ ਸਾਹਮਣੇ ਲਿਆਂਦਾ, ਇਕੱਲਾ ਪ੍ਰੋਫੈਸਰ ਨਹੀਂ ਸੀ, ਪ੍ਰੋਫੈਸਰ ਦੇ ਨਾਲ ਇੱਕ ਮਿੰਟੂ ਨਾਂ ਦਾ ਜਿਹੜਾ ਵਿਅਕਤੀ ਸੀ, ਉਹ ਵਾਈ ਪੀ ਐੱਸ ਦਾ ਪੜ੍ਹਨ ਵਾਲਾ ਸੀ, 35 ਸੈਕਟਰ ਦਾ ਰਸ਼ੀ ਸੀਗਾ। ਇਹਨਾਂ ਨੇ ਇੱਕ ਵੀ ਐੱਨ ਕੁਮਾਰ ਬਣਿਆ ਸੀਗਾ BBMP ਦਾ, ਉਹਦੀ ਚੇਅਰਮੈਨ ਚੇਅਰਮੈਨ ਉਹਦੀ ਰੈਕੀ ਜਿਹੜੀ ਸੀਗੀ ਉਹ ਮਿੰਟੂ ਨੇ ਕੀਤੀ ਸੀ, ਮਿੰਟੂ ਦਾ ਘਰ ਕਿਤੇ 35 ਸੈਕਟਰ 'ਚ, ਮੈਨੂੰ ਇਹਨਾਂ ਨਹੀਂ ਪਤਾ, ਮੈਂ ਉੱਠਦੇ ਜਿਹੜਾ ਸੁਣਿਆ ਸੀ। ਬਟ ਇੱਕ ਇਹਨਾਂ ਨੇ ਹਿੱਤ ਬਰਾਸ਼ੀ ਮਾਰਿਆ ਸੀ ਇੱਥੇ, ਉਹ ਇਹੀ ਪਾਰਟੀ ਸੀ, ਉਹਦੀ ਹਿੱਤ ਬਰਾਸ਼ੀ ਦੀ ਜਿਹੜੀ ਹੈ ਰੈਕੀ ਸਾਰੀ ਕੀਤੀ ਸੀਗੀ ਮੁੱਲਾਪੁਰ ਗਰੀਬਦਾਸ ਦਾ ਮੁੰਡਾ ਹੈਪੀ ਹੈਪੀ ਸੀ, ਦਵਿੰਦਰਪਾਲ ਮੁੱਲਾਪੁਰ ਗਰੀਬਦਾਸ ਦਾ ਮੁੰਡਾ ਹੈਪੀ। ਓਕੇ, ਹੈਪੀ ਨੂੰ 35 ਸੈਕਟਰ 'ਤੇ ਕਾਫੀ ਉਸ 'ਚੋਂ ਕਾਫੀ ਜਦੋਂ ਜਹਿਦ ਦੇ ਬਾਅਦ ਫੜਿਆ, ਫੜ ਕੇ ਇਹ ਫਿਰ ਤਿੰਨੋਂ ਚਾਰੋਂ ਬੰਦੇ ਉਦੋਂ ਦੁੱਗਰੀ ਉੱਥੇ ਬੈਠੇ ਸੀ, ਅਤੇ ਕਵਰਜੀਤ ਇਹਨਾਂ ਨੂੰ ਆਪਣੀ ਗੱਡੀ 'ਚ ਲੈ ਕੇ ਗਿਆ ਟਰੈਕਟਰ ਸਮੇਤ। ਉਸ ਤੋਂ ਬਾਅਦ ਅਗਲੇ ਦਿਨ ਜਦੋਂ ਅਖਬਾਰ 'ਚ ਪੜ੍ਹਿਆ ਤਾਂ ਪਤਾ ਲੱਗਿਆ ਕਿ ਨੂਰਪੁਰ ਬੇਟ ਜੋ ਕਿ ਲਾਡੂਵਾਲ ਦੇ ਨੇੜੇ ਹੈ, ਉੱਥੇ ਇਹਨਾਂ ਨੇ ਇਨਕਾਊਂਟਰ ਕਰਕੇ ਉਹ ਤਿੰਨ ਬੰਦੇ ਜਿਹੜੇ ਸੀਗੇ ਮਰੇ ਹੋਏ ਪਏ। ਅਤੇ ਜਿਹੜੇ ਹਥਿਆਰ ਸੀਗੇ ਉਹ ਕਹਿੰਦੇ ਆ ਤੁਸੀਂ ਇਨਕਾਊਂਟਰ ਤੁਸੀਂ ਨਹੀਂ ਸੀਗੇ ਉਹਦੇ 'ਚ? ਨਹੀਂ, ਅਸੀਂ ਨਹੀਂ ਸੀ ਉਹਦੇ 'ਚ। ਪਰ ਹਥਿਆਰ ਜਿਹੜੇ ਆ ਜਿਹੜੇ ਲੈ ਕੇ ਗਏ ਸੀ ਉਹ ਤੁਸੀਂ ਲੈ ਕੇ ਗਏ ਸੀ ਉੱਥੋਂ? ਉਹ ਪਹਿਲਾਂ ਜਦੋਂ ਇਹਨੇ ਦੱਸਿਆ, ਇਹਦੇ ਦੱਸਣ ਦੇ ਮੁਤਾਬਕ ਗੁਰਚਰਨ ਸੈਦਪੁਰ ਨੇ ਰਿਕਵਰ, ਉਦੋਂ ਸ਼੍ਰੀਮਾਨ ਚੰਦਰ ਸ਼ੇਖਰ ਜੀ SSP ਹੁੰਦੇ ਸੀ ਰੋਪੜ, ਅਤੇ ਉਹ ਜਦੋਂ CI ਦੀ ਪਾਰਟੀ ਉੱਥੋਂ ਵੈਪਨ ਲਾਈ ਤਾਂ ਚੰਦਰ ਸ਼ੇਖਰ ਦਾ ਅਤੇ ਸੈਣੀ ਸਾਹਿਬ ਦਾ ਆਪਸ 'ਚ ਬਹੁਤ ਬੋਲ ਬੋਲਈਆ ਹੋਇਆ ਵੀ ਤੁਸੀਂ ਮੇਰੇ ਇਲਾਕੇ 'ਚੋਂ ਸਮਾਨ ਲੈ ਗਏ। ਕੌਣ ਲੈ ਕੇ ਗਿਆ ਸਮਾਨ? ਉਹਦੇ ਵਿੱਚ ਮਦਨ ਲਾਲ SI ਹੁੰਦਾ ਸੀ ਜਿਹੜਾ ਕਿ ਅੱਤਵਾਦ ਦੇ ਦੌਰਾਨ ਮਾਰਿਆ ਗਿਆ ਸੀ, CIA ਸਾਡੇ ਨਾਲ ਹੀ ਸੀ, ਮਦਨ ਅਤੇ ਭਰਤ ਹੁੰਦੇ ਸੀ ਦੋ ਜਣੇ SI, ਉਹ ਇੱਥੋਂ ਰਿਕਵਰੀ ਕਰਾ ਕੇ ਲਗਾਏ ਸੀ। ਉਸ ਤੋਂ ਬਾਅਦ ਜਦੋਂ ਨਾਲ ਤੁਸੀਂ ਵੀ ਸੀਗੇ? ਉਦੋਂ ਮੈਂ ਨਾਲ ਨਹੀਂ ਸੀ। ਜਿਹੜੇ ਹਥਿਆਰ ਇੱਥੋਂ ਲੈ ਕੇ ਗਏ ਆ? ਉਹਦੇ ਵਿੱਚ ਮਦਨ ਭਰਤ ਅਤੇ ਉਹ ਪਾਰਟੀ ਸੀ ਸਾਰੀ। ਕਿੱਥੋਂ ਲੈ ਗਏ ਹਥਿਆਰ? ਰੋਪੜ ਦੋ ਤਿੰਨ ਜਗ੍ਹਾ ਤੋਂ ਇਹਨਾਂ ਕੋਲ GPMਾਂ ਸੀ, 4 AK-47 ਸੀ ਇਸੇ ਗਰੁੱਪ ਕੋਲ, ਇਸੇ ਗਰੁੱਪ ਕੋਲ ਹੀ ਗੁਰਚਰਨ ਸੈਦਪੁਰ ਨਾਲ ਗਿਆ ਸੀ, ਗੁਰਚਰਨ ਸੈਦਪੁਰ ਨੇ ਉਹ ਰਿਕਵਰ ਕਰਾਏ ਸੀ। ਜਦੋਂ ਇਹ ਇਨਕਾਊਂਟਰ ਹੋਇਆ ਤੁਸੀਂ ਕਹਿੰਦੇ ਨਾਲ ਉਹਦੇ 'ਚ ਨਹੀਂ ਸੀਗੇ? ਬਿਲਕੁਲ ਨਹੀਂ ਸੀਗੇ ਜੀ। ਇਹ ਇਨਕਾਊਂਟਰ ਦੀ ਪਾਰਟੀ ਦਾ ਹੈੱਡ ਕੌਣ ਸੀ ਉਹਦਾ? ਕਵਰਜੀਤ। ਕਮਰਜੀਤ SHO ਸਦਰ ਸੀ? SHO ਸਦਰ ਸੀ। ਅਤੇ ਬਾਅਦ 'ਚ ਕਿਹੜੇ ਰੈਂਕ ਦੇ ਹਾਲੀ ਸਰਵਿਸ 'ਚ? ਉਹ SSP ਵਿਜੀਲੈਂਸ ਲੁਧਿਆਣੇ ਤੋਂ ਰਿਟਾਇਰ ਹੋਇਆ। ਇਸ ਮੁੱਠਭੇੜ ਤੋਂ ਬਾਅਦ ਪੰਜਾਬ 'ਚ ਬਹੁਤ ਰੌਲਾ ਪੈ ਗਿਆ। PAU ਅਤੇ ਹੋਰ ਯੂਨੀਵਰਸਿਟੀਆਂ ਵਿੱਚ ਹੜਤਾਲਾਂ ਹੋਈਆਂ। ਪ੍ਰੋਫੈਸਰ ਬੁਲਾਰਾ ਦੀ ਪਤਨੀ ਰਜਿੰਦਰ ਕੌਰ ਬੁਲਾਰਾ ਜੋ ਬਾਅਦ ਵਿੱਚ MP ਵੀ ਬਣੇ, ਉਹ ਆਪਣੇ ਪਤੀ ਦੀ ਭਾਲ 'ਚ ਦਰ ਦਰ ਭਟਕ ਰਹੇ ਸਨ। ਅਖੀਰ 15 ਫਰਵਰੀ 1999 ਨੂੰ SSP ਨੇ ਐਲਾਨ ਕੀਤਾ ਕਿ 26 ਜਨਵਰੀ ਵਾਲੇ ਇਨਕਾਊਂਟਰ 'ਚ ਮਰਨ ਵਾਲਿਆਂ ਵਿੱਚ ਪ੍ਰੋਫੈਸਰ ਬੁਲਾਰਾ ਵੀ ਸਨ। ਜਿਹੜੀ ਮਿਸਿਜ਼ ਬੁਲਾਰਾ ਹੈਗੀ ਹੈ ਬਾਅਦ ਵਿੱਚ ਲੁਧਿਆਣਾ ਤੋਂ MP ਬਣ ਗਏ ਸੀ, ਮੈਂਬਰ ਪਾਰਲੀਮੈਂਟ। ਉਹਨਾਂ ਨੇ ਹਾਈਕੋਰਟ 'ਚ ਇੱਕ ਰਿਟ ਪਾ ਕੇ ਹਾਈਕੋਰਟ ਦੇ ਜੱਜ ਤੋਂ ਇਹ ਇਨਕੁਆਇਰੀ ਵੀ ਕਰਾਈ ਸੀ, ਜਿਹਦੇ ਵਿੱਚ ਉਹ ਜੱਜ ਸਾਹਿਬ ਨੇ ਕਿਹਾ ਇਹਨਾਂ ਨੇ ਰਿਟ ਪਾਈ ਸੀ ਮੇਰੇ ਸ਼ਿਵ ਕੁਮਾਰ ਸਾਡੇ ਖਿਲਾਫ ਵੀ CV ਪਾਰਟੀ ਚੱਕ ਲਈ। ਉਹ ਕਹਿੰਦੇ ਵੀ ਜਿਹੜਾ ਇਨਕਾਊਂਟਰ ਹੋਇਆ, ਇਨਕਾਊਂਟਰ ਤਾਂ CI ਦਾ ਬੰਦਾ ਹੀ ਕੋਈ ਨਹੀਂ, ਇਹ ਤਾਂ ਸਾਰੇ CI ਵਾਲੇ ਨੇ, ਸਦਰ ਵਾਲੇ ਨੇ। ਉਹ ਇਨਕੁਆਇਰੀ ਦੇ ਵਿੱਚ ਸਾਰੇ ਬਿਆਨ ਬੁਨ ਕਰਾ ਕੇ ਜਿਹੜੀ ਉਹ ਇਨਕੁਆਇਰੀ ਜੱਜ ਸਾਹਿਬ ਕਹਿ ਗਏ ਸੀ ਕਿ ਇੱਕ ਬੰਦਾ ਜਿਹਦੀ ਤਨਖਾਹ 10,000 ਰੁਪਈਆ, ਉਹ 3 AK-47 ਜਿਹੜੀਆਂ ਘੱਟ ਤੋਂ ਘੱਟ 3 ਲੱਖ ਰੁਪਏ ਦੀਆਂ, ਟਰੈਕਟਰ 4 ਲੱਖ ਰੁਪਏ ਦਾ, 10,000 ਰੁਪਏ ਤਨਖਾਹ ਲੈਣ ਵਾਲਾ ਬੰਦਾ ਇੰਨਾ ਸਮਾਨ ਆਪਣੀ ਤਨਖਾਹ 'ਚੋਂ ਫਿੱਟ ਨਹੀਂ ਕਰ ਸਕਦਾ। ਝੂਠਾ ਨਹੀਂ, ਸੱਚਾ ਇਨਕਾਊਂਟਰ ਹੈ? ਬਿਲਕੁਲ ਠੀਕ ਉਹ ਹੋਇਆ ਜੋ ਕੁਛ ਹੋਇਆ, ਜਿੱਥੋਂ ਜਿੱਥੋਂ ਫੜੇ ਗਏ ਤੁਹਾਨੂੰ ਕਲੀਅਰ ਕਰਤਾ। ਮਿੰਟੂ YPS ਦੇ ਵਿੱਚ ਵਿਚਾਰਾ 10ਵੀਂ ਦਾ ਬੱਚਾ ਸੀ, ਛੋਟਾ ਜਿਹਾ। ਪਰ ਉਹਦੇ 'ਚ ਜਿਹੜਾ ਪ੍ਰੋਫੈਸਰ ਰਜਿੰਦਰਪਾਲ ਸੀ, ਇਹਦੇ ਨਾਲ 2 ਹੋਰ ਲੋਕ ਮਾਰੇ ਗਏ। ਇੱਕ ਦੱਸਦੇ ਆ ਵੀ ਕੋਈ ਦਵਿੰਦਰਪਾਲ ਸਿੰਘ ਮਲਿਕਪੁਰ ਗਰੀਬਦਾਸ ਦਾ ਸੀ, ਮੁੱਲਾਪੁਰ ਗਰੀਬਦਾਸ, ਮੁੱਲਾਪੁਰ ਗਰੀਬਦਾਸ, ਮੁੱਲਾਪੁਰ ਗਰੀਬਦਾਸ। ਇੱਕ ਪ੍ਰਭਜੀਤ ਸਿੰਘ ਚੰਡੀਗੜ੍ਹ ਦਾ ਸੀ, ਮਿੰਟੂ। ਅੱਛਾ, ਇਹਨੂੰ ਮਿੰਟੂ ਕਹਿੰਦੇ ਨੇ। ਇਹ YPS ਸਕੂਲ ਦਾ ਜਿਹੜਾ ਸੀਗਾ, ਅਤੇ ਦੂਜਾ ਜਿਹੜਾ ਦਵਿੰਦਰਪਾਲ ਉਹਦਾ ਕੀ ਨਾਂ ਸੀ? ਹੈਪੀ। ਹੈਪੀ। ਸੋ ਇਹ ਇਸ ਕਰਕੇ ਫਿਰ ਸਾਰੇ ਬਚ ਗਏ ਕਿਉਂਕਿ ਚੁੱਕਿਆ ਸੀ CIA ਨੇ, ਚੁੱਕ ਕੇ ਅਤੇ SSP ਨੂੰ ਪੇਸ਼ ਕੀਤਾ। SSP ਨੇ ਗਾਂਹ ਫਿਰ ਇਹਨਾਂ ਨੂੰ ਜਿਹੜਾ ਸਦਰ ਨੂੰ ਦੇਖ ਕੇ, ਅਤੇ ਫਿਰ ਸਦਰ ਨੇ ਇਨਕਾਊਂਟਰ ਕੀਤਾ। ਉਹਦੇ 'ਚ ਉਹੀ ਗੱਲ ਹੋਈ ਨਾ, ਜਦੋਂ ਉੱਥੇ ਖੜ੍ਹੇ ਸੀ ਉਹ ਕਹਿੰਦਾ ਵੀ ਸ਼ਿਵ ਕੁਮਾਰ ਤੁਸੀਂ ਹੁਣ ਆ ਲਓ, ਫੜੋ ਪੈਸੇ, ਜਾ ਕੇ ਤੁਸੀਂ ਪੀਓ ਸ਼ਰਾਬ, ਇਹਨੂੰ ਹੁਣ ਘੋੜੀ ਚੜਾਏਗਾ ਕਵਰਜੀਤ। ਇਹ ਕਿਹਨੇ ਕਿਹਾ? SSP ਸਾਹਿਬ ਕਹਿੰਦੇ ਵੀ ਇਹਨੂੰ ਘੋੜੀ ਕਵਰਜੀਤ। SSP ਕੌਣ ਸੀ? ਸੁਮੇਧ ਸਿੰਘ ਸੈਣੀ।
ਉਹ ਕਹਿੰਦਾ ਵੀ ਇਹਨੂੰ ਘੋੜੀ ਕਵਰ ਜੀ ਚੜਾਊਗਾ, ਤੁਸੀਂ ਹੁਣ ਜਾਓ। ਕਿੰਨੇ ਪੈਸੇ ਦਿੱਤੇ ਤੁਹਾਨੂੰ ਸ਼ਰਾਬ ਪੀਣ ਲਈ? 10,000 ਰੁਪਈਆ ਉਹਨਾਂ ਨੇ ਸ਼ਿਵਕਾਂ ਨੂੰ ਫੜਾਇਆ ਸੀਗਾ ਜੀ, ਮੈਨੂੰ ਤਾਂ ਕੀ ਫੜਾਉਣਾ ਸੀਗਾ। ਨਹੀਂ ਫਿਰ ਕਿੱਥੇ ਸ਼ਰਾਬ ਪੀਤੀ ਤੁਸੀਂ? ਅਸੀਂ ਸ਼ੈਵਲਨ ਆ ਗਏ ਜੀ, ਹੋਟਲ ਸ਼ੈਵਲਨ, ਉੱਥੇ ਬੱਸ ਸਟੈਂਡ ਦੇ ਸਾਹਮਣੇ। ਓਕੇ, ਸ਼ੈਵਲਨ 'ਚ ਗਿਆਨ ਸਿੰਘ ਹੋਟਲ ਵਾਲਾ ਅਜੇ ਵੀ ਜਿਉਂਦਾ ਹੋਣਾ, ਮੈਂ ਗਿਆ ਤਾਂ ਨਹੀਂ ਖੈਰ। ਸ਼ੈਵਲਨ 'ਚ ਅਸੀਂ ਬੈਠੇ ਰਹੇ ਰਾਤ 2 ਵਜੇ ਤੱਕ। ਅਗਲੇ ਦਿਨ ਤੁਹਾਨੂੰ ਮਾੜਾ ਲੱਗਾ ਵੀ ਅਸੀਂ ਜਿਹੜਾ ਬੰਦਾ ਫੜ ਕੇ ਲਿਆਉਂਦੇ ਸੀ ਉਹਨਾਂ? ਤੁਹਾਨੂੰ ਤਾਂ ਅਖਬਾਰ 'ਚ ਹੀ ਪੜਿਆ ਜੀ, ਕਿਸੇ ਨੇ ਦੱਸਿਆ ਥੋੜ੍ਹੀ ਜਿਹਾ ਅਖਬਾਰ 'ਚ ਪੜਿਆ ਵੀ ਉਹ ਜਿਹੜੇ 3 ਬੰਦੇ ਸੀ ਉਹ ਨੂਰਪੁਰ ਬੇਟ ਲਾਡੋਵਾਲ ਦੇ ਦੇਣੇ। ਪਰ ਗੁਰਮੀਤ ਸਿੰਘ ਤੁਸੀਂ ਫੜ ਕੇ ਦਿੱਤੇ, ਕਿਤੇ ਤਾਂ ਜ਼ਿੰਮੇਵਾਰੀ ਤੁਹਾਡੀ ਵੀ ਬਣਦੀ ਹੈ ਨਾ ਵੀ ਬੰਦੇ ਫੜ ਕੇ ਤੁਸੀਂ? ਮੈਂ ਕੋਈ ਫੜ ਕੇ ਨਹੀਂ ਦਿੱਤੇ ਜੀ, ਮੇਰੇ ਤੋਂ ਜਦੋਂ ਦੇਖੋ ਪੁਲਿਸ ਮਹਿਕਮੇ ਦੇ ਵਿੱਚ ਇਹੀ ਹੁੰਦਾ, ਤੁਹਾਡੇ ਤੋਂ ਸੀਨੀਅਰ ਅਫੀਸਰ ਜਦੋਂ ਤੁਹਾਡੇ ਉੱਪਰ ਆ ਗਿਆ ਤਾਂ ਜਿਹੜੀ ਤੁਹਾਡੀ ਲਾਇਬਿਲਟੀ ਹੈ ਉਹ ਉਸ ਤੋਂ ਬਾਅਦ ਉਹਦੇ ਉੱਪਰ ਆ ਗਈ। 2 ਸਬ ਇੰਸਪੈਕਟਰ ਸੀਗੇ, ਸੰਤ ਕੁਮਾਰ, ਸ਼ਿਵ ਕੁਮਾਰ, ਗੁੱਡੂ ਸ਼ਮਸ਼ੇਰ ਸਿੰਘ, ਫਿਰ ਇੰਸਪੈਕਟਰ ਸੀ ਆਈ ਇੰਚਾਰਜ ਸ਼ਿਵ ਕੁਮਾਰ, ਉਹ ਆ ਗਿਆ, ਉਹਨਾਂ ਦੀ ਹਾਜ਼ਰੀ 'ਚ ਫੜੇ ਨੇ। 15 ਸੈਕਟਰ ਦੇ ਵਿੱਚ ਹੱਥੋਂ ਪਾਈ ਦੁਕਾਨ ਦੇ ਅੱਗੇ ਹੋਈ ਆ ਰੌਕਸੀ ਦੇ, ਉਹਨੂੰ ਫੜ ਕੇ ਵੈਨ 'ਚ ਸਿੱਟਿਆ ਗਿਆ। ਉਹਦੀ ਪੱਗ ਨਾਭੀ ਰੰਗ ਦੀ ਪੱਗ ਅਜੇ ਵੀ ਮੈਨੂੰ ਯਾਦ ਆ, ਚਿੱਟਾ ਕੁੜਤਾ ਜਾਮਾ ਉਹਦੇ ਪਾਇਆ ਸੀ, ਇੱਥੇ ਅਖਬਾਰਾਂ ਸੀਗੀਆਂ ਪ੍ਰੋਫੈਸਰ ਦੇ, ਉਹ ਸ਼ਿਵ ਕੁਮਾਰ ਨੇ ਪੱਗ ਪੁੱਗ ਉਹਦੀ ਲਾਹ ਕੇ ਗੱਡੀ 'ਚ ਸਿੱਟਿਆ ਉਹਨੂੰ, ਫਿਰ ਸਾਡੀ ਲਾਇਬਿਲਟੀ ਉੱਥੇ। ਅੱਗੋਂ ਅੱਗੋਂ ਝਗੜਾ ਵੀ ਕੀਤਾ ਉਹਨੇ? ਉਹਦਾ ਹਾਈਟ 6 ਫੁੱਟ ਤੋਂ ਉੱਚੇ ਸੀਗੀ ਜੀ, ਅਤੇ ਉਹ ਐਡਾ ਲੰਬਾ ਉੱਚਾ ਜਿਹੜਾ ਬੰਦਾ ਸੀ ਉਹ ਗੱਡੀ 'ਚ ਵੜਨ ਤੋਂ ਨਾ ਕਰਦਾ ਸੀ। ਵੈਨ ਦੀ ਵਾਰੀ ਖੋਲ੍ਹ ਕੇ ਉਹਨੂੰ ਧੱਕਾ ਦਿੱਤਾ ਗੁੱਡੂ ਨੇ। ਇਹਨਾਂ ਨੇ ਜਿਹੜਾ ਉਹ ਸੰਤ ਕੁਮਾਰ ਸੀਗਾ, ਉਹ ਜਸਪਾਲ ਦਾਊ ਮਾਜਰਾ ਪਾਇਲ ਦੇ ਕੋਲ ਕੋਈ ਪਿੰਡ ਹੈ ਖੰਨੇ ਕੋਲ, ਮੈਂ ਕਦੇ ਗਿਆ ਨਹੀਂ, ਉਹਦੇ ਮੂੰਹ 'ਚੋਂ ਸਾਈਲੈਂਟ ਸੰਤ ਕੁਮਾਰ ਨੇ ਪਾਤੀ, ਉਹ ਮਰ ਗਿਆ ਉੱਥੇ। ਉਹ ਕਿਉਂ ਪਾਈ? ਉਹ ਬਸ ਉਹ ਜਦੋਂ ਹੱਥੋਂ ਪਾਈ ਕਰਦਾ ਸੀ ਇਹਨਾਂ ਤੋਂ ਨਹੀਂ ਸੂਤ ਆਇਆ, ਹੱਥੋਂ ਪਾਈ ਜਿਹਨਾਂ ਨੇ ਮੂੰਹ 'ਚ ਸਾਈਲੈਂਟ ਪਾਤੀ। ਜਸਪਾਲ ਦਾਊ ਮਾਜਰਾ ਉੱਥੇ ਮਾਰਿਆ ਗਿਆ ਸਾਈਲੈਂਟ, ਉਹਦੀ 171 ਦੀ ਮੇਰੇ ਖਿਆਲ ਪੁਲਿਸ ਕਾਰਵਾਈ ਵੀ, ਜੇ ਆਪਾਂ ਰਿਕਾਰਡ ਘਟਾਵਾਂਗੇ ਤਾਂ ਉਹ ਵੀ ਹੋਈ ਹੋਈ ਆ ਹੋਈ ਹੈ। ਉਹ ਟਰੈਕਟਰ ਜਿਹੜਾ ਰੰਗੀਆਂ ਤੋਂ ਆਇਆ ਸੀ ਇਹਦੇ ਰਿਸ਼ਤੇਦਾਰ ਨੇ, ਅੱਜ ਵੀ ਵੈਰੀਫਾਈ ਹੋ ਜਾਏਗਾ। ਅੱਜ ਮੈਸੀ ਫਰਗੂਸਨ ਟਰੈਕਟਰ ਸੀ, ਉਹ ਪ੍ਰੋਫੈਸਰ ਉਹਦੇ ਚੜ੍ਹ ਕੇ ਆਇਆ ਇਹਨਾਂ ਨੇ ਉਹ ਟਰੈਕਟਰ। ਇਹ ਸਾਰਾ ਕੁਝ ਤੁਹਾਡੇ ਜਿਹੜਾ ਜੱਜ ਸਾਹਿਬਾਨ ਸੀ ਉਹਨਾਂ ਨੂੰ ਦੱਸਿਆ ਨਹੀਂ ਵੀ ਇਹ ਇਨਕਾਊਂਟਰ ਝੂਠਾ ਲੱਗਦਾ? ਜੱਜ ਸਾਹਿਬਾਨ ਨੂੰ ਇਹ ਥੋੜ੍ਹੀ ਪਤਾ ਵੀ ਇਹ ਟਰੈਕਟਰ, ਉਹ ਤਾਂ ਕਿਹਾ ਵੀ ਕਵਰ ਜੀ ਤਾਂ ਆਪਣੇ ਕੋਲੋਂ ਨਹੀਂ ਬਣ ਸਕਦਾ, ਉਹਨੂੰ ਇਹ ਥੋੜ੍ਹੀ ਪਤਾ ਵੀ ਇਹ ਚੜ੍ਹ ਕੇ ਆਇਆ ਸੀ ਪ੍ਰੋਫੈਸਰ ਜਿਉਂਦਾ ਫੜ ਰਿਹਾ ਸੀ, ਉਹਨੇ ਤਾਂ ਮਰਿਆ ਹੀ ਦੇਖਿਆ ਨਾ ਵੀ ਇਹ ਮਰਿਆ ਪਿਆ ਬੰਦਾ ਟਰੈਕਟਰ 'ਤੇ ਬਸ। ਜੋ ਜੋ ਜਿੱਥੇ ਦਾ ਇਨਕਾਊਂਟਰ ਦਿਖਾਇਆ ਉਹ ਟਰੈਕਟਰ 'ਤੇ ਇਨਕਾਊਂਟਰ ਦਿਖਾਇਆ? ਟਰੈਕਟਰ 'ਤੇ ਦਿਖਾਇਆ, ਉਹਦੇ 3 AK-47 ਬੰਦੇ ਬੈਠੇ ਲੈ ਕੇ, ਉਹਨਾਂ ਨੇ ਗੋਲੀ ਚਲਾ ਦਿੱਤੀ ਪੁਲਿਸ 'ਤੇ ਜੀ। ਹੁਣ ਤੁਸੀਂ ਜੇ ਸਾਨੂੰ ਕੋਈ ਬੇਸ ਦਾ ਪਤਾ ਹੀ ਨਹੀਂ ਕੌਣ ਕਿੱਥੋਂ ਆਇਆ, 3 ਬੰਦੇ ਟਰੈਕਟਰ 'ਤੇ। ਤੁਸੀਂ ਸੁਮੇਧ ਸਿੰਘ ਸੈਣੀ ਦੇ ਬਹੁਤ ਨਜ਼ਦੀਕ ਰਹੇ ਜੇ, ਕਦੀ ਇਹ ਇਨਕਾਊਂਟਰ ਬਾਰੇ ਗੱਲ ਹੋਈ ਦੁਬਾਰਾ? ਨਹੀਂ, ਇਹਦੇ ਬਾਰੇ ਹੋਰ ਹੀ ਬਥੇਰਾ ਕੋਈ ਸੀਗਾ ਜੀ, ਇਹਨੂੰ ਕਰਨ ਦੀ ਕੋਈ ਐਡੀ ਜ਼ਰੂਰਤ ਨਹੀਂ ਸੀ, ਹੋਰ ਬਥੇਰਾ ਕੋਈ ਸੀਗਾ ਉੱਥੇ, ਕੋਈ ਇਹੋ ਜਿਹੀ ਗੱਲ ਨਹੀਂ ਸੀ। ਸੋ ਹੁਣ ਇਹਨਾਂ ਗੱਲਾਂ ਕਰਕੇ ਇਹ ਮੈਨੂੰ ਕਿਸੇ ਨਾ ਕਿਸੇ ਕੇਸ 'ਚ ਫਸਾਉਣਾ ਚਾਹੁੰਦੇ ਨੇ, ਜੋ ਕਿ ਮੈਂ ਅੱਜ ਤੋਂ ਤਕਰੀਬਨ 1.5 ਮਹੀਨਾ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ। ਗੁਰਚਰਨ ਸਿੰਘ ਸੈਦਪੁਰ ਕੌਣ ਸਨ ਅਤੇ ਉਹਨਾਂ ਦਾ ਪੁਲਿਸ ਨਾਲ ਕੀ ਰਾਬਤਾ ਸੀ, ਇਸ ਬਾਰੇ ਵੀ ਗੁਰਮੀਤ ਸਿੰਘ ਪਿੰਕੀ ਨੇ ਖੁਲਾਸਾ ਕੀਤਾ ਹੈ। ਉਹਦੇ 'ਚ ਗੁਰਚਰਨ ਸੈਦਪੁਰ ਜੋ ਕਿ ਸਭ ਤੋਂ ਵੱਡਾ ਕੈਟ ਹਿੰਦੁਸਤਾਨ ਦੇ ਵਿੱਚ, 2.5 ਸਾਲ ਕੈਟ ਬਤੌਰ ਗੁਰਚਰਨ ਸਿੰਘ ਸੈਦਪੁਰ, ਇੱਥੇ ਲੰਡ ਸੁਹਾਣੇ ਤੋਂ ਅੱਗੇ ਪਿੰਡ ਹੈ, ਇਹ 2.5 ਸਾਲ ਉੱਥੇ CA ਲੁਧਿਆਣੇ ਰਿਹਾ, 2.5 ਸਾਲ ਇਹ ਚੱਲਦਾ ਰਿਹਾ। ਔਰ ਅੱਜ ਕੱਲ੍ਹ ਤੁਸੀਂ ਦੇਖੋ ਅਮੈਰੀਕਾ 'ਚ ਬੈਠਾ, ਹੀ ਇਜ਼ ਮਲਟੀ ਮਿਲੀਨੀਅਰ, ਉਹਦੇ ਕੋਲ ਕੋਈ ਹਿਸਾਬ ਕਿਤਾਬ ਹੀ ਨਹੀਂ ਪੈਸੇ ਦਾ। ਔਰ ਅੱਜ ਦੀ ਡੇਟ 'ਚ ਉਹ ਜਿਹੜੇ ਕੈਟ ਬਣੇ ਹੋਏ ਨੇ ਉਹਨਾਂ ਦਾ ਉੱਥੇ ਨਿਊਯਾਰਕ ਦੇ ਵਿੱਚ ਬਹੁਤ ਵੱਡਾ ਲੀਡਰ ਕਿਹਾ ਜਾ ਰਿਹਾ ਵੀ ਇਹ ਜਿਹੜਾ ਗੁਰਚਰਨ ਸੈਦਪੁਰ ਹੈ ਬਹੁਤ ਵੱਡਾ ਲੀਡਰ ਹੈ ਸਿੱਖ। ਉਹ ਜੇ ਸਿੱਖ ਜਿੰਨਾ ਨੁਕਸਾਨ ਗੁਰਚਰਨ ਸੈਦਪੁਰ ਨੇ ਕਰਾਇਆ, ਜਿੰਨੀ ਦੁਨੀਆ ਉਹਨੇ ਮਰਵਾਈ ਹੈ, ਉਹਦੇ ਬਾਰੇ ਮੈਂ ਤੁਹਾਨੂੰ ਇਹ ਵੀ ਦੱਸੂੰਗਾ ਕਿ ਇਹਨਾਂ ਨੇ ਦਲਜੀਤ ਬਿੱਟੂ, ਗੁਰਚਰਨ ਸੈਦਪੁਰ, ਗੁਰਪ੍ਰੀਤ ਸਿਬੀਆ ਰਾਏਕੋਟ ਦੇ ਵਿੱਚ, ਉਹਦੇ ਮਾਂ ਬਾਪ ਨੂੰ ਅੱਜ ਤੱਕ ਨਹੀਂ ਪਤਾ ਵੀ ਸਿਬੀਆ ਹੈ ਕਿੱਥੇ, ਇਹਨਾਂ ਨੇ 5.70 ਕਰੋੜ ਦਾ ਡਾਕਾ ਮਾਰ ਕੇ ਚਰੰਗੀ ਬਾਜ਼ਾਰ 'ਚ ਕਲਕੱਤੇ ਇੱਕ ਪੇਂਟ ਦੀ ਦੁਕਾਨ ਖੋਲ੍ਹੀ, ਪੇਂਟ ਦੀ ਦੁਕਾਨ ਖੋਲ੍ਹੀ, ਗੁਰਚਰਨ ਸਿੰਘ ਵੀ ਆਪਣੇ ਘਰਦਾਰ ਮਿਲ ਰਿਹਾ, ਅਤੇ ਚੰਚਲ ਸਿੰਘ DSP ਜੋ ਕਿ CRP 82 ਬਣਾਲੀ ਉਹਨਾਂ ਇੰਚਾਰਜ ਸਾਡੇ ਤੋਂ ਪਹਿਲਾਂ ਸੀ, ਉਹਨੇ ਇਹਨੂੰ ਫੜਿਆ ਸੀ ਗੁਰਪ੍ਰੀਤ ਸਿਬੀਏ ਨੂੰ। ਸਿਬੀਏ ਨੇ ਫਿਰ ਸਾਰੇ ਪੋਰ ਖੋਲ੍ਹੇ, ਸਿਬੀਏ ਨੇ ਗੁਰਚਰਨ ਫੜਾਇਆ, ਗੁਰਚਰਨ ਨੇ ਅੱਗੋਂ ਜਿੰਨੀ ਕੁ ਦੁਨੀਆ ਕੋਲ ਘੱਟ ਤੋਂ ਘੱਟ 35-40 ਬੰਦੇ ਤਾਂ ਮੇਰੇ ਕੋਲ ਲਿਸਟ 'ਚ ਹੈਗੇ ਜਿਹੜੇ ਇਹਨੇ ਫੜਾਏ। ਔਰ ਅੱਜ ਉਹ ਅਮੈਰੀਕਾ 'ਚ ਬੈਠਾ ਆਪਣੇ ਆਪ ਨੂੰ ਖਾਲਿਸਤਾਨ ਦਾ ਸਭ ਤੋਂ ਵੱਡਾ ਲੀਡਰ ਗੁਰਚਰਨ ਸੈਦਪੁਰ ਕਹਿ ਰਿਹਾ, ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਅਤੇ ਸਾਨੂੰ ਇਹ ਕੈਟ ਦੱਸਦੇ ਨੇ ਗੁਰਪ੍ਰੀਤ ਸਿਬੀਆ। ਉਹ ਕੈਟ ਸੀਗਾ, ਉਹਨੇ ਪਹਿਲਾਂ ਗੁਰਚਰਨ ਨੂੰ ਫੜਾਇਆ ਸੀ, ਉੱਥੇ ਪਿਆਰਾ ਸਿੰਘ ਮੁਲਤਾਨੀ ਆ ਸੱਚਾ ਹੁੰਦਾ ਸੀਗਾ ਰਾਏਕੋਟ, ਮੁਲਤਾਨੀ ਨੇ ਬੁਲਾ ਕੇ ਵੀ ਤੂੰ ਇਹਨੂੰ ਲੈ ਜਾ ਸੀਬੀਏ ਨੂੰ, ਅਤੇ ਇਹਨੂੰ ਨਿਬੇੜ ਸੀ। ਮੁਲਤਾਨੀ ਕੀ ਨਾਂ ਸੀ? ਪਿਆਰਾ ਸਿੰਘ ਮੁਲਤਾਨੀ। ਓਕੇ, ਉਹ ਲੈ ਗਿਆ ਅਤੇ ਸਿਬੀਆ ਉੱਥੇ ਅਣਪਛਾਤਾ ਇਨਕਾਊਂਟਰ 'ਚ ਮਾਰਿਆ ਗਿਆ ਰਾਏਕੋਟ।
ਤੁਸੀਂ ਉਹ ਇਨਕਾਊਂਟਰ 'ਚ ਨਾਲ ਸੀ? ਨਹੀਂ, ਮੈਂ ਤਾਂ ਸੀ ਆਈ ਏ ਸੀ, ਉਹ ਲੈ ਹੀ ਰਾਏਕੋਟ, ਐਸ ਐਚ ਓ ਰਾਏਕੋਟ ਗਿਆ ਸੀ ਸਾਡਾ, ਉਹਦੇ ਨਾਲ ਕੋਈ ਸਵਾਲ? ਮੁਲਤਾਨੀ ਕਿੱਥੇ ਸੀਗਾ? ਐਸ ਐਚ ਓ ਰਾਏਕੋਟ। ਇੱਦਾਂ ਹੀ ਐਸ ਐਚ ਓ ਸਮਰਾਲਾ ਬੁਲਾਇਆ ਗਿਆ, ਉਹਨੂੰ ਚੰਨ ਸੈਦ ਵੱਲੋਂ ਦਿੱਤਾ ਸੀ ਵੀ ਇਹਨੂੰ ਲੈ ਜਾਓ। ਐਸ ਐਚ ਓ ਸਮਰਾਲਾ? ਹਾਂ। ਕੌਣ ਸੀਗਾ? ਮੈਨੂੰ ਨਾਂ ਤਾਂ ਨਹੀਂ ਯਾਦ ਮੇਰੇ ਖਿਆਲ ਦਿਮਾਗ 'ਚ, ਬਟ ਉੱਥੇ ਮੇਰੀ ਇਹਨਾਂ ਨਾਲ ਗਰਮਾ ਗਰਮੀ ਉਸ ਗੱਲ 'ਤੇ ਹੋ ਗਈ ਸੀ। ਇਹ ਜਦੋਂ ਇਹਨੇ 2 ਸਾਲ ਹੀ ਸਾਡੇ ਨਾਲ ਗੁਰਚੰਨ ਸਾਹਿਬ ਪਰ ਉੱਥੇ ਰਿਹਾ, ਬੜਾ ਠੀਕ ਵਧੀਆ ਚੱਲਦਾ ਰਿਹਾ, ਇਹਨੇ ਬੰਦੇ ਫੜਾਏ ਸਾਰੇ। ਵੈਰੀ ਫਸਟ ਏ ਐਸ ਐਸ ਪੀ ਸਾਹਿਬ ਨੇ ਇਹਨਾਂ ਕਮਿਟਮੈਂਟ ਕੀਤੀ ਸੀ ਵੀ ਅਗਰ ਤੂੰ ਸਾਡੇ ਨਾਲ ਠੀਕ ਚੱਲੇਗਾ ਅਸੀਂ ਤੇਰਾ ਨੁਕਸਾਨ ਨਹੀਂ ਕਰਾਂਗੇ, ਤੈਨੂੰ ਛੱਡ ਦਾਂਗੇ। ਸੁਮੇਤ ਸਿੰਘ ਸੈਣੀ ਨੇ ਸੈਦਪੁਰ ਨਾਲ ਕਮਿਟਮੈਂਟ ਨਾਲ ਜਦੋਂ ਵੀ ਉਹਨੂੰ ਭੇਜਣ ਲੱਗੇ, ਮੈਂ ਕਿਹਾ ਜੀ ਫਿਰ ਇਹ ਤਾਂ ਬੰਦਿਆਂ ਨਹੀਂ ਕਰਦਾ ਹੋਈ, ਭੇਜਣ ਲੱਗੇ ਤਾਂ ਲੱਗਾ ਵੀ ਮਾਰਨ ਲਈ ਭੇਜਿਆ। ਹਾਂ ਵੀ ਇਹਨੂੰ ਭੇਜਣ ਲੱਗੇ, ਮੈਂ ਕਿਹਾ ਬਾਡੀ ਆਪਾਂ ਇਹਦੇ ਨਾਲ ਕਮਿਟਮੈਂਟ ਕੀਤੀ, ਹਰ ਵੇਲੇ ਮੈਂ ਇਹਨੂੰ 2 ਸਾਲ ਸਮਝਾਉਂਦਾ ਰਿਹਾ ਵੀ ਤੇਰਾ ਮੈਂ ਜ਼ਿੰਮੇਵਾਰ ਹਾਂ, ਜੇ ਫਿਰ ਤੁਸੀਂ ਆਹੀ ਕੰਮ ਕਰਨਾ ਵੀ ਤੁਹਾਡੀ ਸਾਡੀ ਤਾਂ ਕੋਈ ਗੱਲ ਨਹੀਂ। ਉੱਥੇ ਫਿਰ ਉਹ ਕਹਿੰਦੇ ਵੀ ਲੈ ਜਾ ਇਹਨੂੰ ਛੱਡ ਦੇ, ਸੈਦਪੁਰ ਛੱਡ ਤਾ। ਮੈਨੂੰ ਹੀ ਕਿਹਾ ਵੀ ਛੱਡ ਦੇ ਇਹਨੂੰ ਲੈ ਜਾ, ਮੈਂ ਉਹਨੂੰ ਕਿਹਾ ਵੀ ਜਾ ਮਿੱਤਰਾ ਹੁਣ ਤੂੰ ਵਿਹਲਾ, ਤੂੰ ਫਾਰਗਾਂ ਜਾ ਸਕਦਾ। ਉਹ ਕਹਿੰਦਾ ਵੀ ਜੇ ਤੁਸੀਂ ਇਸ ਸਟੇਜ 'ਤੇ ਮੈਨੂੰ ਛੱਡਿਆ ਤਾਂ ਜਥੇਬੰਦੀ ਮੈਨੂੰ ਮਾਰ ਮਕਾਊਗੀ, ਮੇਰਾ ਬੁਰਾ ਹਾਲ ਕਰ ਦੇਣਗੇ ਵੀ ਤੂੰ ਸਾਲ ਉੱਥੇ ਰਿਹਾ, ਤੂੰ ਛੁੱਟਿਆ ਕਿਵੇਂ। ਫਿਰ ਉਹ ਕਹਿੰਦਾ ਵੀ ਮੈਨੂੰ ਤਾਂ ਤੁਸੀਂ ਕਿਸੇ ਨਾ ਕਿਸੇ ਕੇਸ 'ਚ ਛੋਟੇ ਮੋਟੇ 'ਚ ਅੰਦਰ ਕਰਾ ਦਿਉ, ਜਿਹਦੇ 6 ਮਹੀਨੇ ਸਾਲ ਮੇਰੀ ਜਮਾਨਤ ਨਾ ਹੋਵੇ। ਫਿਰ ਉੱਥੇ ਏ ਐੱਸ ਆਈ ਹੁੰਦਾ ਸੀਗਾ ਕਪੂਰ ਮਦਨ ਲਾਲ, ਉਹਨੂੰ ਗੱਡੀ 'ਚ ਇਹਦੇ ਨਾਲ ਦੇ ਕੇ ਪਿਸਤੌਲ ਭੇਜ ਕੇ ਰੋਪੜ ਭੇਜਿਆ। ਰੋਪੜ ਗੁਰਚੰਨ ਸਾਹਿਬਪੁਰ 'ਤੇ ਉਹ ਪਿਸਤੌਲ ਪਵਾ ਕੇ ਇਹਦਾ ਚਲਾਣ ਕਰਾਇਆ, ਜਿਹਦੇ ਨਾਲ ਇਹ ਪਟਿਆਲਾ ਜੇਲ੍ਹ 'ਚ ਗਿਆ, ਇਹ 6 ਮਹੀਨੇ ਉੱਥੇ ਰਿਹਾ। ਮਤਲਬ ਉਹਦੇ 'ਤੇ ਕੇਸ ਇਸ ਕਰਕੇ ਪਾਇਆ ਵੀ ਉਹ ਜੇਲ੍ਹ 'ਚ ਰਹਿ ਸਕੇ? ਉਹ ਤਾਂ ਉਹਦੀ ਆਪਣੀ ਡਿਮਾਂਡ ਸੀਗੀ ਜੀ, ਸਾਡੀ ਨਹੀਂ ਸੀ। ਅਸੀਂ ਤਾਂ ਉਹਨੂੰ ਕਿਹਾ ਸੀ ਵੀ ਤੂੰ ਫਾਰਗ ਹੈ, ਯੂ ਕੈਨ ਗੋ ਨਾਓ। ਉਹ ਕਹਿੰਦਾ ਵੀ ਨਹੀਂ ਮੈਂ ਨਹੀਂ ਇੱਦਾਂ ਜਾਣਾ। ਅਤੇ ਉਹ ਜਦੋਂ ਗਿਆ ਫਿਰ ਪਟਿਆਲੇ ਰਿਹਾ, ਪਟਿਆਲੇ ਜਮਾਨਤ ਕਰਾਉਣ ਤੋਂ ਬਾਅਦ ਇਹਦੀ ਮੀਨ ਟਾਈਮ ਐੱਸ ਐੱਸ ਪੀ ਚੰਡੀਗੜ੍ਹ ਆ ਗਏ ਸੈਣੀ ਸਾਹਿਬ, ਮੈਂ ਵੀ ਇੱਥੇ ਸੀ। ਉਹਨੇ ਫਿਰ ਆਪਣਾ ਪਾਸਪੋਰਟ ਦਾ ਇੰਤਜ਼ਾਮ ਇੱਥੋਂ ਕਰਨਾ ਸ਼ੁਰੂ ਕੀਤਾ, ਜਿਹਦੇ ਵਿੱਚ ਉਹਨੂੰ ਮੈਂ ਵੀ ਸਾਡੀ ਕੋਈ ਹੈਲਪ ਲੋੜ ਹੋਏ ਤਾਂ ਅਸੀਂ ਤੁਸੀਂ ਮਦਦ ਕਰ ਸਕਦੇ। ਪਰ ਇਹ ਠੀਕ ਆ ਕਿ ਸੈਦਪੁਰ ਗੁਰਚੰਨ ਸਿੰਘ ਸੈਦਪੁਰ ਨੂੰ ਪਾਸਪੋਰਟ ਪੁਲਿਸ ਨੇ ਬਣਾ ਕੇ ਦਿੱਤਾ ਬਾਹਰ ਜਾਣ ਵਾਸਤੇ? ਮਦਦ ਕੀਤੀ ਪੁਲਿਸ ਨੇ ਤਾਂ ਕੀ ਬਣਾਉਣਾ ਸੀਗਾ ਜੀ, ਉਹਦੀ ਜਿਹੜੀ ਮੇਨ ਪ੍ਰੋਬਲਮ ਆਉਂਦੀ ਹੈ ਇਨਕੁਆਇਰੀ ਵਗੈਰਾ, ਉਹ ਉਹਦੀ ਕਰਾਤੀ, ਉਹਦੇ ਹੋਣ ਨਾਲ ਉਹ ਪਾਸਪੋਰਟ ਬਣ ਗਿਆ, ਉਹ ਅਮਰੀਕਾ ਚਲਾ ਗਿਆ। ਪਰ ਗੁਰਚੰਨ ਸਿੰਘ ਸੈਦਪੁਰ ਦੀ ਤੁਸੀਂ ਗੱਲ ਕੀਤੀ ਵੀ ਇੱਕ ਗੁਰਪ੍ਰੀਤ ਸਿਬੀਆ ਸੀ, ਇੱਕ ਵੱਡਾ ਕੈਟ, ਇੱਕ ਸੈਦਪੁਰ ਸੀ, ਸੈਦਪੁਰ ਨੇ ਕੋਈ ਖਾਸ ਬੰਦਾ ਫੜਾਇਆ, ਕੋਈ ਜਿਹੜਾ ਵਾਕਈ ਆਪਾਂ ਕਹਿ ਸਕਦੇ? ਬਹੁਤ ਬੰਦੇ ਫੜਾਏ ਜੀ, ਮੈਂ ਤੁਹਾਨੂੰ ਘੱਟ ਤੋਂ ਘੱਟ 14 ਬੰਦੇ ਐਡੇ ਮੇਨ ਵੱਡੇ ਦੱਸਾਂਗਾ, ਜਿਨ੍ਹਾਂ 'ਚੋਂ ਵਨ ਆਫ ਦੈਮ ਅਜਮੇਰ ਸਿੰਘ ਲੋਧੀਵਾਲ, ਹੀ ਵਾਜ਼ MBBS ਡਾਕਟਰ ਮੈਡੀਕਲ ਕਾਲਜ ਪਟਿਆਲਾ। ਜਿਵੇਂ ਹੁਣ ਸ਼ੇਰ ਸਿੰਘ ਸ਼ੇਰ ਫੜਾਇਆ ਉਹਨਾਂ ਨੇ ਫਗਵਾੜੇ ਵਾਲਾ, ਉਹ ਸ਼ੇਰ ਸਿੰਘ ਸ਼ੇਰ ਵੀ ਇਹਨੇ ਫੜਾਇਆ। ਕਮਲਜੀਤ ਸਿੰਘ ਵਾਹਿਗੁਰੂ ਜਿਹੜਾ ਭਲੱਥ ਦਾ ਸੀਗਾ, ਉਹ ਵੀ ਇਹਨੇ ਫੜਾਇਆ। ਔਰ ਇਹਨਾਂ ਦੀ ਇਨਫੋਰਮੇਸ਼ਨ ਸਾਰੀ ਇਹਨੇ ਦਿੱਤੀ ਸੀ, ਗੱਡੀ 'ਚ ਬੈਠਾ ਹੁੰਦਾ ਸੀ ਉਹ ਬਾਈ ਜੀ ਫਲਾਣਾ ਜਾ ਰਿਹਾ, ਅਸੀਂ ਸੈੱਟ 'ਤੇ ਪਿੱਛੋਂ CRP ਦੱਸ ਦੇਣਾ ਵੀ ਆਹ ਬੰਦਾ ਜਿਹੜਾ ਜਾਮਨੀ ਕਮੀਜ਼ ਵਾਲਾ, ਉਹਨਾਂ ਨੇ ਉਹਨੂੰ ਫੜ ਲੈਣਾ, ਉੱਥੇ ਫੜ ਕੇ CA ਆ ਜਾਣਾ, ਉੱਥੇ ਪੁੱਛ ਪਿੱਛ ਹੋ ਜਾਂਦੀ ਸੀ। ਫਰਵਰੀ 1990 'ਚ ਸੁਮੇਧ ਸਿੰਘ ਸੈਣੀ ਦੀ ਬਤੌਰ SSP ਲੁਧਿਆਣਾ ਤੋਂ ਬਠਿੰਡਾ ਬਦਲੀ ਹੋ ਗਈ। ਜਾਣ ਤੋਂ ਪਹਿਲਾਂ ਲੁਧਿਆਣਾ ਸਥਿਤ ਪੁਲਿਸ ਇਨਫੋਰਮਰਸ ਯਾਨੀ ਕੈਟਸ ਦਾ ਕੀ ਕੀਤਾ, ਇਸ ਬਾਰੇ ਗੁਰਮੀਤ ਸਿੰਘ ਪਿੰਕੀ ਦਾ ਕਹਿਣਾ ਹੈ ਕਿ ਉਹਨਾਂ ਸਾਰਿਆਂ ਨੂੰ ਇਕੱਠੇ ਕੀਤਾ ਗਿਆ, ਇਹਨਾਂ ਸਾਰਿਆਂ ਨੂੰ ਵੱਖਰੇ ਵੱਖਰੇ SHOs ਦੇ ਹਵਾਲੇ ਕਰ ਦਿੱਤਾ ਗਿਆ, ਸੈਦਪੁਰ ਨੂੰ ਛੱਡ ਦਿੱਤਾ ਗਿਆ, ਬਾਕੀਆਂ ਦੇ ਮੁਕਾਬਲੇ ਦਿਖਾ ਦਿੱਤੇ ਗਏ। ਗੁਰਪ੍ਰੀਤ ਸਿੰਘ ਸਿਬੀਆ ਜੋ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦਾ ਵਿਦਿਆਰਥੀ ਸੀ, ਉਸ ਨੂੰ SHO ਰਾਏਕੋਟ ਪਿਆਰਾ ਸਿੰਘ ਮੁਲਤਾਨੀ ਦੇ ਹਵਾਲੇ ਕੀਤਾ। ਉਸਨੇ ਉਸਦਾ ਅਣਪਛਾਤੇ ਵਿਅਕਤੀ ਦੱਸ ਕੇ ਮੁਕਾਬਲਾ ਦਿਖਾਇਆ। ਪਿੰਕੀ ਮੁਤਾਬਕ ਸੈਦਪੁਰ ਨੇ ਇੱਕ ਖਾੜਕੂ ਅਜਮੇਰ ਸਿੰਘ ਲੋਧੀਵਾਲ ਨੂੰ ਲੁਧਿਆਣਾ 'ਚ ਮਾਡਲ ਟਾਊਨ 'ਚ ਫੜਾਇਆ ਸੀ। ਲੋਧੀਵਾਲ ਉਸ ਵੇਲੇ ਪਟਿਆਲਾ 'ਚ MBBS ਦਾ ਸਟੂਡੈਂਟ ਸੀ। ਜਿਸ ਵੇਲੇ CRP ਦੀ ਟੁਕੜੀ ਉਸ ਨੂੰ ਫੜਨ ਲੱਗੀ ਸੀ ਤਾਂ ਉਸਨੇ ਸਾਇਨਾਈਡ ਦਾ ਕੈਪਸੂਲ ਖਾ ਲਿਆ ਸੀ। ਅਜਮੇਰ ਸਿੰਘ ਲੋਧੀਵਾਲ ਦੇ ਨਾਲ ਬਖਤੌਰਾ ਬਠਿੰਡਾ ਵੀ ਫੜਿਆ ਗਿਆ ਸੀ। ਇਸ ਦਾ ਮੁਕਾਬਲਾ ਬਾਅਦ ਵਿੱਚ SHO ਡੇਲੋਂ ਗੁੱਡੂ ਸ਼ਮਸ਼ੇਰ ਸਿੰਘ ਨੇ ਕੀਤਾ ਸੀ। ਗੁਰਮੀਤ ਸਿੰਘ ਪਿੰਕੀ ਨੇ ਕੁਝ ਹੋਰ ਲੋਕਾਂ ਬਾਰੇ ਵੀ ਜਾਣਕਾਰੀ ਦਿੱਤੀ, ਜਿਨ੍ਹਾਂ ਵਿੱਚ ਭੁਲੱਥ ਦਾ ਕਮਲਜੀਤ ਸਿੰਘ ਵਾਹਿਗੁਰੂ ਅਤੇ ਫਗਵਾੜਾ ਦਾ ਸ਼ੇਰ ਸਿੰਘ ਸ਼ੇਰ ਵੀ ਸ਼ਾਮਲ ਸਨ। ਜਿਹੜਾ ਬਖਤੌਰਾ ਵਾ ਉਹਨੂੰ ਫਿਰ ਫੜ ਕੇ ਅਤੇ ਕਿੱਥੇ ਲੈ ਕੇ ਆਏ ਉਹਨੂੰ? ਉਹ CA ਲੈ ਆਏ ਜੀ। ਅੱਛਾ। CA ਲਿਆਉਣ ਤੋਂ ਬਾਅਦ ਇੰਟਰੋਗੇਸ਼ਨ 'ਚ ਉਹਦੀ ਜਿਹੜੀ ਲੱਤ ਨਿਕਲ ਗਈ ਸੀਗੀ। ਅੱਛਾ। ਇਹ ਬਖਤੌਰਾ ਬਠਿੰਡੇ ਦਾ ਇੱਕ ਨਾਮੀਵਰ ਆਦਮੀ ਹੈ, ਇਹ ਉੱਥੇ ਬਦਮਾਸ਼ ਵੀ ਰਿਹਾ, ਦੁਨੀਆਂ ਨੂੰ ਜਾਣਦੀ ਹੈ, ਬਾਅਦ 'ਚ ਜੁੜ ਗਿਆ ਸੀਗਾ
ਜਥੇਬੰਦੀ ਨਾਲ। ਅੱਛਾ, ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਇੱਕ ਵਾਰੀ ਜਨਰਲ ਹੋਸਪਿਟਲ ਦੇ ਬਾਹਰ ਨਾ ਸੋਲਾਂ ਜਿੱਥੇ ਗੋਲੀ ਚੱਲੀ ਸੀ ਜੀ, ਉਹ ਦਲਵੀਰ ਨਾਂ ਦਾ ਇੱਕ ਵਿਅਕਤੀ ਸੀ ਜਿਹੜਾ ਏਐਸਆਈ ਸੀ ਪੰਜਾਬ ਪੁਲਿਸ 'ਚ, ਅਤੇ ਉਹਨੂੰ ਡਿਸਮਿਸ ਕਰ ਦਿੱਤਾ ਗਿਆ ਸੀ। ਉਹ ਦਲਵੀਰ ਇਹਨਾਂ ਦੇ ਨਾਲ ਆ ਗਿਆ, ਉਹਨੇ ਜਾ ਕੇ ਬਹੁਤ ਹਾਈ ਵੱਡੇ ਅਫੀਸਰ ਨਾਲ ਗੱਲ ਕੀਤੀ ਵੀ ਮੈਂ ਸਾਰਾ ਹੀ ਕੰਮ ਖਤਮ ਕਰ ਦਿੰਦਾ ਅਤੇ ਤੁਸੀਂ ਮੈਨੂੰ ਦੁਬਾਰਾ ਮੈਨੂੰ ਭਰਤੀ ਕਰ ਲਓ। ਉਹਨੇ ਇੱਕ ਮਥੁਰਾ ਸਿੰਘ ਨਾਂ ਦਾ ਜਿਹੜਾ ਕੇ ਸੀ ਐੱਫ ਦਾ ਵਿਅਕਤੀ ਸੀਗਾ, ਗੁਰਚਰਨ ਸੈਦਪੁਰ, ਮਥੁਰਾ ਸਿੰਘ ਜਿਹੜਾ ਬਖਤੌਰਾ ਬਠਿੰਡੇ ਵਾਲਾ, ਇਹਨਾਂ ਨੂੰ 16 ਸੈਕਟਰ ਜਨਰਲ ਹੋਸਪਿਟਲ ਦੇ ਬਾਹਰ ਟਾਈਮ ਦੇ ਕੇ ਬੁਲਾ ਲਿਆ। ਬੁਲਾਉਣ ਤੋਂ ਬਾਅਦ ਉੱਥੇ ਉਹ ਦਲਵੀਰ ਆਇਆ, ਦਲਵੀਰ ਨੇ ਅਸੀਂ ਆ ਕੇ ਇਹਨਾਂ ਦੇ ਬ੍ਰਸ਼ਟ ਮਾਰਿਆ। ਕੇ ਸੀ ਐੱਫ ਦਾ ਜਿਹੜਾ ਮਥੁਰਾ ਸਿੰਘ ਸੀਗਾ ਉਹ ਉੱਥੇ ਮਾਰਿਆ ਗਿਆ ਸੀ, ਬਖਤੌਰੇ ਦੇ ਉੱਥੇ ਬ੍ਰਸ਼ਟ ਵੱਧ ਗਿਆ। ਬਖਤੌਰੇ ਨੂੰ ਉੱਥੋਂ ਗੁਰਚਰਨ ਸੈਦਪੁਰ ਕੱਢ ਕੇ ਲੈ ਗਿਆ, ਇਹਨੇ ਆਪਣੇ ਕਾਰਪੈਂਟਰ ਰੱਖੇ, ਉਹਦਾ ਇਲਾਜ ਲੂਜ ਕਰਾਇਆ ਸੀ। ਉਸ ਤੋਂ ਬਾਅਦ ਇਹ ਫਿਰ ਇਕੱਠੇ ਹੋ ਗਏ, ਇਕੱਠੇ ਹੋਣ ਤੋਂ ਬਾਅਦ ਬਖਤੌਰਾ ਫਿਰ ਬਠਿੰਡੇ ਡੇਲੋ ਪੁਲਿਸ ਦੇ ਹਵਾਲੇ ਕੀਤਾ, ਉਹ ਡੇਲੋ ਵਾਲਿਆਂ ਨੇ ਇਨਕਾਊਂਟਰ ਕਰਤਾ ਸੀ। ਸੋ ਬਠਿੰਡੇ ਜਾਣ ਤੋਂ ਪਹਿਲਾਂ ਉਹਨੂੰ CIA ਨੇ ਕਿਹੜੇ ਕਿਹਦੇ ਹਵਾਲੇ ਕਰਤਾ? ਉਹਨੂੰ ਡੇਲੋ ਪੁਲਿਸ SHO ਡੇਲੋ। SHO ਡੇਲੋ ਕੌਣ ਸੀ? ਗੁੱਡੂ ਸ਼ਮਸ਼ੇਰ ਸਿੰਘ। ਗੁੱਡੂ ਸ਼ਮਸ਼ੇਰ ਸਿੰਘ, ਹਾਂਜੀ। ਅਤੇ ਫਿਰ ਇਨਕਾਊਂਟਰ ਜਿਹੜਾ ਵਾ ਉਹ ਕਿਹਨੇ ਕੀਤਾ? ਉਹ ਡੇਲੋ ਪੁਲਿਸ ਨੇ ਕੀਤਾ ਜੀ। ਡੇਲੋ ਪੁਲਿਸ ਨੇ ਕੀਤਾ, ਹਾਂਜੀ। ਅਤੇ ਅਜਮੇਰ ਲੋਡੀਵਾਲ ਜਿਹੜਾ ਉਹ ਸਾਈਨਾਈਡ ਲੈ ਲਈ ਸੀ ਉਹਨੇ? ਉਹ ਸਾਈਨਾਈਡ ਖਾ ਗਿਆ ਸੀ ਉੱਥੇ। ਅਤੇ ਜਿਹੜਾ ਗੁਰਪ੍ਰੀਤ ਸਿਬਿਆ ਵਾ ਉਹਨੂੰ ਹੈਂਡਓਵਰ ਕਿਹਨੂੰ ਕੀਤਾ ਸੀਗਾ ਜਾਣ ਤੋਂ? ਉਹ ਫਿਰ ਪਿਆਰਾ ਸਿੰਘ ਮੁਲਤਾਨੀ, ਉਦੋਂ ਜਦੋਂ ਟ੍ਰਾਂਸਫਰ ਇਹਨਾਂ ਦੀ ਬਠਿੰਡੇ ਹੋਈ, ਉਹ SHO ਰਾਏਕੋਟ ਸੀਗਾ, ਉਹਨੂੰ ਰਾਏਕੋਟ ਤੋਂ ਬੁਲਾ ਕੇ ਉਹਨੂੰ ਬੁਲਾਤਾ ਸੀ, ਉਹਦੇ ਹੈਂਡਓਵਰ ਕਰਤਾ ਸੀ ਵੀ ਇਹਨੂੰ ਲੈ ਜਾ। ਉਹਨੂੰ ਇਨਕਾਊਂਟਰ ਰਾਏਕੋਟ ਪੁਲਿਸ ਨੇ ਅਣਪਛਾਤੇ ਵਿਅਕਤੀ ਜਿਹੜਾ ਕਹਿ ਕੇ। ਸੋ ਇਹ ਦੋਵਾਂ ਦੇ ਇਨਕਾਊਂਟਰ ਅਣਪਛਾਤੇ ਵਿਅਕਤੀ ਕਹਿ ਕੇ ਹੋਏ? ਅਣਪਛਾਤੇ ਵਿਅਕਤੀ ਕਹਿ ਕੇ ਹੋਏ। ਔਰ ਕਿਸੇ ਨੇ ਕੋਈ ਇਨਕੁਆਇਰੀ ਨਹੀਂ ਕੀਤੀ ਉਸ ਤੋਂ ਬਾਅਦ? ਨਹੀਂ, ਨਾ ਹੀ ਬੋਡੀਜ਼ ਹੈਂਡਓਵਰ ਕੀਤੀਆਂ? ਨਹੀਂ, ਉਹ ਫਿਰ ਜਦੋਂ ਅਨਆਡੈਂਟੀਫਾਈਡ ਹੋ ਗਿਆ ਉਹਦਾ ਸੰਸਕਾਰ ਪੁਲਿਸ ਕਰ ਦਿੰਦੀ ਆਪ ਹੀ। ਇਹ ਫਿਰ ਉਹੀ ਕੇਸ ਹੋਏ ਜਿਹੜੇ ਬਾਅਦ 'ਚ ਖਾਲੜੇ ਨੇ ਚੁੱਕੇ ਸੀ, ਜਿਹੜੇ ਅਨਆਡੈਂਟੀਫਾਈਡ ਬੋਡੀਜ਼ ਵਾਲੇ? ਖਾਲੜੇ ਨੇ ਜਿਹੜੇ ਚੱਕੇ ਸੀ ਉਹਨੇ ਚੱਕੇ ਸੀ ਬਾਰਡਰ ਰੇਂਜ 'ਤੇ। ਪਰ ਇਹ ਵੀ ਕੇਸ ਉਸੇ ਤਰ੍ਹਾਂ ਹੀ ਸੀ? ਹਾਂ, ਸੇਮ ਉਸੇ ਤਰ੍ਹਾਂ ਹੀ ਸੀਗਾ, ਕਿਉਂਕਿ ਉਹ ਜਿੱਥੇ ਵੀ ਕੋਈ ਬੰਦਾ ਮਰਦਾ ਸੀ ਉਹਨੂੰ ਜਾ ਕੇ ਸੰਸਕਾਰ ਕਰਦੇ ਸੀ ਜੀ। ਉਹ ਖਾਲੜਾ ਉੱਥੇ ਪਹੁੰਚ ਜਾਂਦਾ ਸੀ, ਉੱਥੇ ਉਹਦੀ ਪਰਚੀ ਕਟਾਉਂਦੇ ਸੀ, ਉਹਦਾ ਨਾਮ ਬੰਦੇ ਮਰਨ ਵਾਲੇ ਦਾ, ਪਰਚੀ ਕਿਹਨੇ ਕਟਾਈ, ਕਿਹੜਾ ਪੁਲਿਸ ਵਾਲਾ, ਉਹਦਾ ਕੀ ਰੈਂਕ ਸੀ। ਉਹ 2200-2300 ਬੰਦਾ ਉਹਨੇ ਆਇਡੈਂਟੀਫਾਈ ਕਰਤਾ ਸੀ ਜੀ। ਅਤੇ ਇਹ ਆਇਡੈਂਟੀ ਅਨਆਡੈਂਟੀਫਾਈਡ ਕਹਿ ਕੇ ਮਰੀ ਗਏ ਉਹ 2300 ਬੰਦਾ, 2400। ਅਤੇ ਬਾਅਦ 'ਚ ਫਿਰ ਜਿਵੇਂ ਗੁਰਪ੍ਰੀਤ ਸਿਬਿਆ ਮਰਿਆ ਅਨਆਡੈਂਟੀਫਾਈਡ ਕਹਿ ਕੇ, ਹਾਲੀ ਸਾਹਿਬ ਨੂੰ ਪਤਾ ਸੀ ਵੀ ਕੌਣ ਹੈ? ਹਾਂਜੀ, ਪਤਾ ਸੀ। ਔਰ ਇਸੇ ਤਰ੍ਹਾਂ ਹੀ ਬਖਤੌਰਾ ਬਠਿੰਡੇ ਵਾਲਾ ਮਰਿਆ, ਉਹਦਾ ਵੀ ਪਤਾ ਸੀ ਕੌਣ ਹੈ ਪਰ ਅਨਆਡੈਂਟੀਫਾਈਡ। ਇਹਦੇ 'ਚ ਬਾਅਦ 'ਚ ਕਿਸੇ ਨੇ ਨਾਮ ਵੀ ਲਿਆ? ਨਹੀਂ, ਨਾਮ ਤਾਂ ਮੇਰੇ ਖਿਆਲ ਨਾਲ ਦੋਨਾਂ ਦਾ ਕੋਈ ਹੈ ਨਹੀਂ ਸੀ। ਨਹੀਂ ਸੀਗਾ ਕੋਈ? ਹਾਂਜੀ। ਪਰ ਇਹਨਾਂ ਨੇ ਮਦਦ ਕੀਤੀ ਸੀ, ਉਹਦੇ ਬਾਵਜੂਦ ਮਾਰਤਾ ਇਹਨਾਂ ਨੂੰ? ਮਦਦ ਪੁਲਿਸ ਦੀ ਕੀਤੀ, ਪਰ ਉਹ ਜਿਵੇਂ ਮਦਦ ਕੀਤੀ ਉਹਨੂੰ ਗੁਰਚਰਨ ਸੈਦਪੁਰ ਜਿਹੜਾ ਉਹਨੂੰ ਛੱਡ ਵੀ ਦਿੱਤਾ ਗਿਆ। ਕਮਲਜੀਤ ਸਿੰਘ ਵਾਹਿਗੁਰੂ 'ਤੇ ਕੀ ਕੇਸ ਸੀਗਾ, ਉਹਨੇ ਕੀ ਕੀਤਾ ਸੀ? ਕਮਲਜੀਤ ਸਿੰਘ ਵਾਹਿਗੁਰੂ ਬਲਾਤਾ ਦਾ ਰਹਿਣ ਵਾਲਾ ਸੀ, ਉਹ ਕਿਤੇ ਲੁਧਿਆਣੇ ਆਇਆ, ਬਾਜ਼ਾਰ ਚੌੜੇ ਬਾਜ਼ਾਰ ਜਾਂਦਾ ਸੀ ਤਾਂ ਇਹਨਾਂ ਆਇਡੈਂਟੀਫਾਈ ਕਰਕੇ ਉੱਥੇ ਫੜਾਤਾ। ਉਹ ਪਲੱਥ ਇੱਕ ਰਾਣਾ ਹੁੰਦਾ ਸੀ, SHO ਹੁੰਦਾ, ਉਹਦੀ ਡੈਥ ਹੋ ਗਈ ਰਾਣੇ 'ਤੇ, ਉਹਨੇ ਗੱਡੀ ਦੇ ਬਰਾਬਰ ਐਂਬੁਸ਼ ਲਾ ਕੇ ਐਂਬੁਸ਼ ਕੀਤਾ, ਉਹਦੇ ਵਿੱਚ ਰਾਣਾ ਬਚ ਗਿਆ ਸੀ। ਉਹ ਕਮਲਜੀਤ ਵਾਹਿਗੁਰੂ ਇੱਥੇ ਫੜਿਆ ਗਿਆ ਜਦੋਂ ਉਹਨੂੰ CIA ਲਿਆਉਂਦਾ ਇੰਟਰਨ। ਸੋ ਕਮਲਜੀਤ ਵਾਹਿਗੁਰੂ ਕਦੋਂ ਫੜਿਆ ਗਿਆ ਸੀ, ਕਿਹੜੇ ਸਾਲ 'ਚ? 89 ਦੇ। ਅਤੇ ਉਹਨੂੰ CIA ਲੈਂਦਾ ਫਿਰ? CIA ਉਹਦੀ ਇੰਟਰੋਗੇਸ਼ਨ ਹੋਈ? ਇੰਟਰੋਗੇਸ਼ਨ 'ਚ ਕੀ ਨਿਕਲਿਆ? ਉਹ ਕੁਛ ਦੱਸਿਆ ਉਹਨੇ ਬਸ ਕੋਈ ਗੱਲ, ਜਿਹੜੀ ਇਹ ਵੀ ਗੱਲ ਸੀਗੀ, ਉਹ ਰਾਣਾ ਆ ਗਿਆ ਸੀ ਜਦੋਂ ਉਹਨੂੰ ਪਤਾ ਲੱਗਿਆ ਵੀ ਫੜਿਆ ਗਿਆ। ਰਾਣੇ ਨੇ ਕਿਹਾ ਵੀ ਇਹਨੇ ਮੇਰੇ 'ਤੇ ਪੁੱਛ ਕੀਤਾ, ਪਰ ਉਹ ਆਪਣੇ ਵੱਲੋਂ ਤਾਂ ਕੁਛ ਨਹੀਂ ਬੋਲਿਆ, ਉਹਨੇ ਕੋਈ ਗੱਲ ਹੀ ਨਹੀਂ। ਉਹਨੇ ਕੋਈ ਦੱਸਿਆ ਕੁਝ, ਕਿਸੇ ਹੋਰ ਦਾ ਨਾਂ ਲਿਆ ਉਹਨੇ ਵਾਹਿਗੁਰੂ? ਕੋਈ ਗੱਲ ਨਹੀਂ, ਉਹਨੂੰ ਬਸ ਸਿਰਫ ਕੋਈ ਗੱਲ ਸੀਗੀ, ਉਹ ਕਮਲਜੀਤ ਵਾਹਿਗੁਰੂ ਉਹਦਾ ਨਾਂ ਪੈ ਗਿਆ ਸੀ। ਵਾਹਿਗੁਰੂ ਕਿਉਂ ਨਾਂ ਪਿਆ? ਉਹ ਜਦੋਂ ਵੀ ਉਹਨੂੰ ਕੋਈ ਪੁੱਛ ਕੇ ਗੱਲ ਕਰਦੇ ਸੀ ਉਹ ਬਸ ਇੱਕੋ ਗੱਲ ਕਰਦਾ ਸੀ, ਦੂਜੀ ਗੱਲ ਹੋਰ ਉਹ ਕਿਸੇ ਨੂੰ ਨਾਂ ਹੀ ਨਹੀਂ ਸੀ ਲੈਂਦਾ। ਵਾਹਿਗੁਰੂ ਕਹਿੰਦਾ ਸੀ ਬਸ, ਇੰਨੀ ਗੱਲ ਹੀ ਕਹਿੰਦਾ ਸੀ। ਅਤੇ ਉਹਦੀ ਇੰਟਰੋਗੇਸ਼ਨ ਹੋਈ ਚੰਗੀ ਤਰ੍ਹਾਂ? ਇੰਟਰੋਗੇਸ਼ਨ ਇਹਨਾਂ ਨੇ ਕੀਤੀ ਉੱਥੇ। ਅਤੇ ਫਿਰ ਬਾਅਦ 'ਚ ਕਿੱਧਰ ਗਿਆ ਉਹ? ਬਾਅਦ 'ਚੋਂ ਇਹਨਾਂ ਨੇ ਟਿਕਾਣੇ ਲਾਇਆ ਇੰਸਪੈਕਟਰ CIA ਨੇ। ਇੰਸਪੈਕਟਰ CIA ਕੌਣ ਸੀ? ਸ਼ਿਵ ਕੁਮਾਰ। ਸ਼ਿਵ ਕੁਮਾਰ, ਹਾਂਜੀ। ਤੁਸੀਂ ਵੇਖਿਆ ਵੀ ਕਿਵੇਂ ਹੋਇਆ ਇਹ ਸਾਰਾ? ਨਹੀਂ ਪਤਾ ਨਹੀਂ, ਦੇਖੋ ਹੁਣ ਉਹਦੇ ਵਿੱਚ ਟਾਈਮ ਕਿਸੇ ਵੇਲੇ ਸਵੇਰੇ ਇੰਟਰੋਗੇਸ਼ਨ ਹੁੰਦੀ, ਕਿਸੇ ਵੇਲੇ ਰਾਤ ਨੂੰ ਇਹਨਾਂ ਨੇ ਬਾਹਰੋਂ ਆ ਕੇ ਉਹਨੂੰ ਸਾਫ਼ ਕਰਨ ਲੱਗ ਜਾਣਾ। ਅਸੀਂ ਤਾਂ ਜਦੋਂ 9 ਵਜੇ ਜਾਣਾ, 9 ਵਜੇ ਤੋਂ ਬਾਅਦ 6-7 ਵਜੇ ਅਸੀਂ ਵਿਹਲੇ ਹੋ ਕੇ ਘਰ ਆ ਜਾਂਦੇ ਸੀ। ਸੋ ਬਾਅਦ 'ਚ ਇਹੋ ਹੀ ਪਤਾ ਲੱਗਾ ਵੀ ਉਹਨੂੰ ਬਸ ਉਹ ਮਰ ਗਿਆ, ਗੱਲ ਖਤਮ ਹੋ ਗਈ ਉਹਦੀ। ਕਮਲਜੀਤ ਮਰਿਆ, ਸ਼ੇਰ ਸਿੰਘ ਸ਼ੇਰ ਜਿਹੜਾ ਫਗਵਾੜੇ ਵਾਲਾ ਸੀ, ਇਹ ਪ੍ਰੈਜ਼ੀਡੈਂਟ ਮੈਂਬਰ ਵੀ ਸੀਗਾ ਫੈਡਰੇਸ਼ਨ ਦਾ। ਉਹਨਾਂ ਦੇ ਮਾਂ ਬਾਪ ਨੂੰ ਕਿਹਨੂੰ ਹੈਂਡਓਵਰ ਕੀਤਾ ਸ਼ੇਰ ਸਿੰਘ ਸ਼ੇਰ ਨੂੰ? ਮੇਰੇ ਹੁਣ ਪੱਕਾ ਇਸ ਵੇਲੇ ਇਹਨਾਂ ਦਿਮਾਗ 'ਚ ਨਹੀਂ, ਪ੍ਰੈਜ਼ੀਡੈਂਟ ਦਾ ਮੈਂਬਰ ਸੀ, ਬਟ ਉਹਨਾਂ ਦੇ ਮਾਂ ਬਾਪ ਜਿਹੜੇ ਕੋਈ ਵਾਰਸ ਨੇ, ਉਹਨਾਂ ਨੂੰ ਅੱਜ ਤੱਕ ਇਹ ਨਹੀਂ ਪਤਾ ਵੀ ਸਾਡਾ ਬੱਚਾ ਗਿਆ ਕਿੱਥੇ। ਇਹ ਕਿੱਥੋਂ ਦਾ ਸੀ ਸ਼ੇਰ ਸਿੰਘ ਸ਼ੇਰ? ਫਗਵਾੜੇ ਦਾ ਜੀ।
ਅੱਛਾ ਉਹਨਾਂ ਦੇ ਮਾਂ ਬਾਪ ਨੂੰ ਕੋਈ ਪਤਾ ਨਹੀਂ ਕਿੱਧਰ ਗਿਆ? ਮੈਨੂੰ ਕੋਈ ਪਤਾ ਨਹੀਂ, ਆਇਆ ਸੀ ਇਹੀ ਆਇਆ, ਉੱਥੇ ਕੋਈ ਗੱਲ ਤੁਰੀ ਨਹੀਂ ਤੁਰੀ, ਚਲੋ ਮਰ ਗਿਆ, ਗੱਲ ਖਤਮ। ਕਿਸੇ ਕੇਸ ਕਿਸੇ ਐਫ ਆਈ ਆਰ ਦੇ ਵਿੱਚ ਕਿਤੇ ਫੜਿਆ ਕਿਤੇ? ਅਰੈਸਟ ਦੀ ਐਫ ਆਈ ਆਰ ਕੋਈ ਨਹੀਂ? ਅਰੈਸਟ ਦੀ ਕੋਈ ਨਹੀਂ, ਪ੍ਰੀਤ ਉਹਨਾਂ ਦਾ ਮੈਂਬਰ ਸੀ, ਵਾਂਟਡ ਦਾ ਮਾਨ ਹਾਰ। ਅਰੈਸਟ ਦੀ ਐਫ ਆਈ ਆਰ ਕੋਈ ਨਹੀਂ? ਕੋਈ ਨਹੀਂ। ਸੋ ਸੀ ਆਈ ਏ ਜਿਹੜੇ ਆਉਂਦੇ ਸੀ ਉਹਨਾਂ ਦੀ ਕੋਈ ਅਰੈਸਟ ਨਹੀਂ ਸੀ ਪੈਂਦੀ? ਨਹੀਂ, ਅਰੈਸਟ ਤਾਂ ਦੇਖੋ ਉਹਦੀ, ਜੇ ਤੁਸੀਂ ਅਰੈਸਟ ਪਾਓਗੇ ਉਹਨੂੰ ਕੋਰਟ 'ਚ ਪੇਸ਼ ਕਰੋਗੇ ਤਾਂ ਇੱਕ ਦਿਨ ਦਾ, ਦੋ ਚਾਰ ਦਿਨ ਦਾ ਰਿਮਾਂਡ ਮਿਲ ਜੂ। ਇਹ ਤਾਂ ਦਸ ਪੰਦਰਾਂ ਦਿਨ ਲਗਾਤਾਰ ਪੁੱਛ ਕੇ ਚਲੀ ਜਾਂਦੀ ਸੀ। ਅਤੇ ਇਹ ਸਭ ਕੁਛ ਐਸ ਐਸ ਪੀ ਦੀ ਨੌਲੇਜ ਸੀ? ਜਿੰਨੇ ਵੀ ਸੀਨੀਅਰ ਅਫਸਰ ਨੇ ਸ਼ਾਮ ਨੂੰ ਸਾਰੇ ਸੀ ਆਈ ਬੈਠਦੇ ਹੀ ਉੱਥੇ ਸੀ, ਜਿਹੜੀ ਪੁੱਛ ਕੇ ਹੁੰਦੀ ਸੀ। ਐਸ ਐਸ ਪੀ ਨੇ ਆਪ ਹੀ ਕਿਸੇ ਦੀ ਡੈਰੋਗੇਸ਼ਨ ਕੀਤੀ ਇਹਨਾਂ 'ਚੋਂ? ਕਰਦੇ ਆਪ ਸੀ ਸਾਰੀ ਟੋਟਲੀ, ਆਪ ਡਾਇਰੀ ਰੱਖ ਕੇ ਪੈਨ ਲੈ ਕੇ ਆਪ ਹੀ ਪੁੱਛਗਿੱਛ ਕਰਦੇ, ਆਪ ਹੀ ਲਿਖਦੇ। ਔਰ ਤੁਸੀਂ ਕਈ ਵਾਰ ਹੁੰਦੇ ਸੀ ਉੱਥੇ? ਆਮ ਅੰਦਰ ਹੀ ਹੋਈਦਾ ਸੀ, ਮੁਲਾਜ਼ਮ ਸੀ, ਸੀ ਆਈ ਅੰਦਰ ਬਹਿਣਾ ਹੀ ਆ। ਕੀ ਰੈਂਕ ਸੀ ਤੁਹਾਡਾ ਉਦੋਂ? ਮੈਂ ਹੈੱਡ ਕਾਂਸਟੇਬਲ ਸੀ। ਸਾਡੀ ਟੀਮ ਫਗਵਾੜਾ ਲਾਗੇ ਪੰਡੋਰੀ ਪਿੰਡ 'ਚ ਸ਼ੇਰ ਸਿੰਘ ਸ਼ੇਰ ਦੇ ਘਰ ਵੀ ਗਈ ਔਰ ਦੇ ਪਰਿਵਾਰ ਨਾਲ ਗੱਲ ਕੀਤੀ। ਭਾਈ ਸ਼ੇਰ ਸਿੰਘ ਸ਼ੇਰ ਉਹ ਸਾਡੇ ਵੱਡੇ ਬ੍ਰਦਰ ਸੀ ਔਰ ਸਿੱਖ ਸਰੂਪ ਫੈਡਰੇਸ਼ਨ ਦੇ ਉਹ ਸਰਗਰਮ ਮੈਂਬਰ ਸੀ ਔਰ ਫੈਡਰੇਸ਼ਨ ਦੇ ਬੁਲਾਰੇ ਸੀ। 86 ਦੇ ਵਿੱਚ ਉਹ ਇੱਥੇ ਫਗਵਾੜੇ ਇੱਕ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਉੱਤੇ ਕੇਸ ਪੈ ਗਏ ਸੀ ਔਰ ਘਰੋਂ ਉਹ ਚਲੇ ਗਏ ਸੀ। ਉਸ ਤੋਂ ਬਾਅਦ ਦੇ ਵਿੱਚ ਉਹ ਫੈਡਰੇਸ਼ਨ ਦੇ ਪੋਲੀਟੀਕਲ ਲੀਡਰ ਦੇ ਤੌਰ 'ਤੇ ਸਰਗਰਮ ਰੋਲ ਅਦਾ ਕਰਦੇ ਰਹੇ ਨੇ ਔਰ ਉਸ ਤੋਂ ਬਾਅਦ 'ਚੋਂ ਸਾਡੇ ਕੋਲ ਘਰ ਨਹੀਂ ਆਏ। ਸਾਨੂੰ 89 ਦੇ ਵਿੱਚ ਨਿਊਜ਼ਪੇਪਰ ਤੋਂ ਪੜ੍ਹ ਕੇ ਪਤਾ ਲੱਗਾ ਕਿ ਲੁਧਿਆਣੇ ਦੇ ਪੈਲ ਥਾਣੇ ਦੇ ਵਿੱਚ ਸ਼ੇਰ ਸਿੰਘ ਸ਼ੇਰ ਨਾਂ ਦੇ ਸਿੰਘ ਦਾ ਮੁਕਾਬਲਾ ਬਣਾਇਆ ਗਿਆ ਔਰ ਅਸੀਂ ਜਾ ਕੇ ਉੱਥੇ ਥਾਣੇ ਤੋਂ ਪਤਾ ਕੀਤਾ। ਸਾਡੀ ਮਾਤਾ ਜੀ ਉਸ ਟਾਈਮ ਗਏ, ਉਹਨਾਂ ਨੇ ਉਹਨਾਂ ਦੇ ਕੱਪੜੇ ਦਿਖਾਏ ਔਰ ਉਹਨਾਂ ਦੀ ਫੋਟੋ ਦਿਖਾਈ ਅਤੇ ਮਾਤਾ ਜੀ ਨੇ ਕਿਹਾ ਵੀ ਹਾਂ ਇਹ ਉਹਨਾਂ ਦੀ ਫੋਟੋ ਹੀ ਹੈ ਔਰ ਉਦੋਂ ਸਾਨੂੰ ਡਿਕਲੇਅਰ ਹੋਇਆ ਕਿ ਇਹਨਾਂ ਨੇ ਜੋ ਮੁਕਾਬਲਾ ਸਾਨੂੰ ਦੱਸਿਆ ਵੀ ਇਹ ਬਣਿਆ, ਇਹ ਅਸੀਂ ਪਹਿਚਾਣ ਤੋਂ ਕੀਤਾ ਕਿ ਹਾਂ ਸਾਡੇ ਭਾਈ ਸਾਹਿਬ ਦੀ ਫੋਟੋ ਹੈ ਔਰ ਸਾਨੂੰ ਉਸ ਟਾਈਮ ਨਾ ਕੋਈ ਬੋਡੀ ਉਹਨਾਂ ਨੇ ਦੱਸੀ ਔਰ ਨਾ ਕੋਈ ਉਹਦਾ ਸਾਨੂੰ ਪਤਾ ਲੱਗਾ ਵੀ ਕਿੱਥੇ ਮੁਕਾਬਲਾ ਹੋਇਆ ਕਿੱਦਾਂ ਹੋਇਆ। ਲੇਕਿਨ ਸਾਨੂੰ ਉਹਨਾਂ ਨੇ ਕਿਹਾ ਕਿ ਸ਼ੇਰਪੁਰ ਲੁਧਿਆਣੇ ਦੇ ਵਿੱਚ ਥਾਣੇ ਉੱਥੇ ਸੰਸਕਾਰ ਕੀਤਾ ਉਹਨਾਂ ਦਾ, ਉੱਥੋਂ ਸ਼ਮਸ਼ਾਨ ਘਾਟ ਦੇ ਵਿੱਚੋਂ ਤੁਸੀਂ ਅਸਤ ਲੈ ਜਾਓ, ਅਸੀਂ ਆਪਣਾ ਪਰਿਵਾਰ ਅਸੀਂ ਉਹਨਾਂ ਦੇ ਅਸਤ ਲੈ ਆਏ ਹਾਂ, ਬਸ ਉਸ ਤੋਂ ਵੱਧ ਸਾਨੂੰ ਹੋਰ ਨਹੀਂ ਕੁਛ ਪਤਾ। ਉਹਨਾਂ ਦੀ ਫੋਟੋ ਸਾਨੂੰ ਦਿਖਾਈ ਸੀ ਉਹਨਾਂ ਨੇ, ਜੋ ਕਾਊਂਟਰ ਵਾਲੀ ਫੋਟੋ ਸੀ ਜੋ ਜਿਹਦੇ ਉੱਤੇ ਉਹਨਾਂ ਦੇ ਗੋਲੀਆਂ ਲੱਗੀਆਂ ਦਿਖਾਈਆਂ ਹੋਈਆਂ ਸੀ, ਉਹ ਫੋਟੋ ਤੋਂ ਮਾਤਾ ਜੀ ਨੇ ਪਛਾਣ ਕੀਤੀ ਕਿ ਹਾਂ ਇਹ ਮੇਰਾ ਲੜਕਾ ਸ਼ੇਰ ਸਿੰਘ। ਮੈਂ ਗੁਰਚਰਨ ਸਿੰਘ ਸੈਦਪੁਰ ਜੋ ਅਮਰੀਕਾ 'ਚ ਰਹਿੰਦੇ ਆ ਉਹਨਾਂ ਨਾਲ ਟੈਲੀਫੋਨ 'ਤੇ ਗੱਲ ਕੀਤੀ ਅਤੇ ਉਹਨਾਂ ਨੂੰ ਪੁੱਛਿਆ ਕਿ ਉਹ ਗੁਰਮੀਤ ਸਿੰਘ ਪਿੰਕੀ ਨਾਂ ਦੇ ਸ਼ਖਸ ਨੂੰ ਜਾਣਦੇ ਨੇ? ਇਹਨੂੰ ਜੀ ਅਸੀਂ ਨਹੀਂ ਸੀ ਜਾਣਦੇ, ਜਦੋਂ ਮੈਨੂੰ ਫੜਿਆ ਆਪਣਾ ਲੁਧਿਆਣੇ ਵਾਲੀ ਆਪਣਾ ਸੁਮੇਧ ਸਿੰਘ ਸੈਣੀ ਦੀ ਪੁਲਿਸ ਨੇ ਲੁਧਿਆਣੇ ਤੋਂ, ਅੱਛਾ, ਆਪਣਾ ਚੰਡੀਗੜ੍ਹ ਤੋਂ ਫੜਿਆ, ਅੱਛਾ, ਤੇ ਉਦੋਂ ਇਹ ਜਦੋਂ ਮੈਨੂੰ ਇੰਟੈਰੋਗੇਟ ਕਰਦੇ ਸੀਗੇ ਡੁਗਰੀ, ਹਾਂ ਹਾਂ, ਡੁਗਰੀ ਜਦੋਂ ਮੈਨੂੰ ਇੰਟੈਰੋਗੇਟ ਕਰਦੇ ਸੀਗੇ ਆਪਣਾ ਸੀ ਆਰ ਪੀ ਦੇ ਉੱਥੇ ਸਟਾਫ ਦੇ ਵਿੱਚ, ਅੱਛਾ, ਉਦੋਂ ਉੱਥੇ ਹੁੰਦਾ ਸੀ ਇਹ। ਉਹ ਹੁਣ ਇਹ ਕਹਿ ਰਿਹਾ ਵਾ ਗੁਰਚਰਨ ਸਿੰਘ ਜੀ ਕਿ ਸਾਡੀ ਗੁਰਚਰਨ ਸਿੰਘ ਨੇ ਬੜੀ ਮਦਦ ਕੀਤੀ ਔਰ ਉਹ ਸਾਡੀ ਉਹਨੇ ਮਦਦ ਕੀਤੀ ਔਰ ਉਹਨਾਂ ਬੰਦੇ ਵੀ ਗਾਂਹ ਫੜਵਾਏ, ਉਹ ਨਾਮ ਹੀ ਲੈਂਦਾ ਕੁਝ ਬੰਦਿਆਂ ਦੇ। ਇਹ ਜੀ ਇਹ ਸਾਰੀ ਇਹਨਾਂ ਦੀ ਜਿਵੇਂ ਕਹਿ ਦਈਏ ਪੁਲਿਸ ਦੀ ਪਲਾਨਿੰਗ ਜਾਂ ਝੂਠ ਗੱਲ ਕਰਦਾ, ਕਿਉਂਕਿ ਜਦੋਂ ਮੈਂ ਫੜ ਹੋਇਆ ਹਨਾ, ਹਾਂਜੀ, ਤੇ ਮੈਂ ਆਪਣਾ ਚਰਨਜੀਤ ਸਿੰਘ ਆਪਣਾ ਚੰਨਾ ਬਲਵਿੰਦਰ ਸਿੰਘ ਜਟਾਣਾ ਧਿਆਨ ਸਿੰਘ ਬੱਬਰ ਅਸੀਂ ਚਾਰੇ ਜਣੇ ਇਕੱਠੇ ਸੀ। ਅੱਛਾ, ਤੇ ਅਸੀਂ ਮੇਰਾ ਕਿਸੇ ਬੰਦੇ ਨਾਲ ਟਾਈਮ ਸੀ ਮਿਲਣ ਜਾ ਰਿਹਾ ਸੀਗਾ ਤੇ ਉਹ ਵੀ ਮੇਰੇ ਨਾਲ ਸੀ। ਅੱਛਾ, ਤੇ ਮੇਰੇ ਦਿਮਾਗ 'ਚ ਆ ਗਿਆ, ਮੈਂ ਕਿਹਾ ਯਾਰ ਆਪਾਂ ਚਾਰੇ ਬੰਦੇ ਇੱਕੋ ਜਿਹੇ ਕਿਸੇ ਨੂੰ ਮਿਲਣ ਚੱਲੇ ਹਾਂ, ਗੁੱਡ ਨਹੀਂ ਹੈਗਾ। ਤੇ ਉਹ ਮੈਂ ਉਹਨੂੰ ਕਿਹਾ ਧਿਆਨ ਸਿੰਘ ਗੱਡੀ ਚਲਾਉਂਦਾ ਸੀਗਾ, ਮੈਂ ਕਿਹਾ ਧਿਆਨ ਸਿੰਘ ਗੱਡੀ ਦੀ ਯੂ ਟਰਨ ਮਾਰ ਲੈ। ਕਹਿੰਦਾ ਕੀ ਗੱਲ ਭਾਜੀ, ਮੈਂ ਕਿਹਾ ਤੁਸੀਂ ਯੂ ਟਰਨ ਮਾਰ ਲਿਆ ਛੇਤੀ ਕਰ, ਯੂ ਟਰਨ ਮਾਰ ਲਈ ਤੇ ਟਾਈਮ ਸੀ ਮੇਰਾ ਪ੍ਰੈਜੀਡੈਂਟ ਹੋਟਲ ਦੇ ਵਿੱਚ ਚੰਡੀਗੜ੍ਹ। ਅੱਛਾ, ਤੇ ਮੈਂ ਕੱਲਾ ਆਪਣਾ ਬੈਗ ਚੱਕ ਕੇ ਉੱਤਰ ਗਿਆ। ਓਕੇ, ਤੇ ਉਤਰਿਆ ਤਾਂ ਉਹ ਮਤਲਬ ਇਹ ਤਿੰਨੇ ਜਣੇ ਨਿਕਲ ਗਏ। ਓਕੇ, ਤੇ ਸਾਡਾ ਦੂਜੇ ਦਿਨ ਟਾਈਮ ਸੀਗਾ ਮਿਲਣ ਦਾ, ਮੇਰਾ ਚੰਨੇ ਦਾ ਬਲਵਿੰਦਰ ਚਟਾਣਾ। ਅੱਛਾ, ਤੇ ਦੂਜੇ ਦਿਨ ਟਾਈਮ ਸੀ ਮਿਲਣ ਦਾ ਤੇ ਜਦੋਂ ਮੈਨੂੰ ਫੜਿਆ ਗਿਆ ਤੇ ਬੰਦਾ ਜਿਹੜਾ ਫੜਾਉਣ ਵਾਲਾ ਕਹਿ ਰਿਹਾ ਕਿ ਉਹਨੂੰ ਪਤਾ ਵੀ ਚੰਨੇ ਨੂੰ ਪੁੱਛੇ।
ਮੈਂ ਗੁਰਚਰਨ ਸਿੰਘ ਸੈਦਪੁਰ ਨੂੰ ਪ੍ਰੋਫੈਸਰ ਬੁਲਾਰਾ ਦੀ ਅਰੈਸਟ ਔਰ ਉਹਨਾਂ ਦੀ ਕਿਲਿੰਗ ਬਾਰੇ ਵੀ ਪੁੱਛਿਆ। ਉਹ ਆਉਂਦਾ ਵਾ ਵੀ ਗੁਰਚਰਨ ਸਿੰਘ ਸੈਦਪੁਰ ਨੂੰ ਗੁਰਪ੍ਰੀਤ ਸਿਬੀਆ ਨੇ ਫੜਾਇਆ ਅਤੇ ਗਾਂ ਫਿਰ ਸੈਦਪੁਰ ਨੇ ਸਾਡੀ ਬੜੀ ਮਦਦ ਕੀਤੀ ਪੁਲਿਸ ਦੀ, ਆਲਮੋਸਟ 2 ਸਾਲ ਸਾਡੀ ਮਦਦ ਕਰਦੇ ਰਹੇ ਔਰ ਇਹਨੇ ਪ੍ਰੋਫੈਸਰ ਰਜਿੰਦਰਪਾਲ ਨੂੰ ਫੜਾਇਆ, ਅਜਮੇਰ ਲੋਧੀਵਾਲ ਨੂੰ ਫੜਾਇਆ। ਰਜਿੰਦਰਪਾਲ ਜੀ, ਪ੍ਰੋਫੈਸਰ ਰਜਿੰਦਰਪਾਲ ਮੇਰੇ ਤੋਂ ਇੱਕ ਦਿਨ ਪਹਿਲਾਂ ਫੜਿਆ ਗਿਆ। ਉਹਨਾਂ ਦੀ ਵਾਈਫ MP ਬਣੀ ਹੈ ਅਤੇ ਉਹਨਾਂ ਨੂੰ ਭੈਣ ਜੀ ਨੂੰ ਇਕੱਲੀ ਇਕੱਲੀ ਗੱਲ ਪਤਾ। ਅੱਛਾ, ਉਹ ਕੀ ਪ੍ਰੋਫੈਸਰ ਰਜਿੰਦਰਪਾਲ ਸਿੰਘ ਸੀਗਾ ਨਾ ਜੀ, ਜਿਹਨੇ ਮੈਨੂੰ ਫੜਾਇਆ। ਹਾਂ, ਗੁਰਪ੍ਰੀਤ ਸਿਬੀ ਮੈਂ ਕਿਸੇ ਗੁਰਪ੍ਰੀਤ ਸਿਬੀ ਨਾਂ ਦੇ ਕਿਸੇ ਬੰਦੇ ਨੂੰ ਮੈਂ ਜਾਣਦਾ। ਹਾਂ ਹਾਂ। ਤੇ ਜਿਹੜਾ ਪ੍ਰੋਫੈਸਰ ਰਜਿੰਦਰਪਾਲ ਸਿੰਘ ਬੁਲਾਰਾ, ਮੈਂ 26 ਜਨਵਰੀ ਨੂੰ ਫੜਾਉਂਦਾ, ਉਹ 25 ਜਨਵਰੀ ਨੂੰ ਫੜਦਾ। ਅੱਛਾ, ਤੇ ਮੈਂ 26 ਜਨਵਰੀ ਨੂੰ JNK ਸੀਗਾ। ਓਕੇ, 26 ਨੂੰ ਮੈਂ ਮਤਲਬ JNK 25 ਰਾਤ ਸ਼ਾਮ ਨੂੰ ਮੈਂ JNK ਸੀਗਾ ਤੇ ਉੱਥੇ ਮੈਂ ਤੁਰਿਆ ਤੇ 26 ਨੂੰ ਮੈਂ ਸ਼ਾਮ ਜਿਹਨੂੰ ਜਿਵੇਂ ਮੈਂ ਚੰਡੀਗੜ੍ਹ ਪਹੁੰਚਿਆ, ਮੈਂ ਬਲਵਿੰਦਰ ਜਟਾਣਾ ਅਸੀਂ ਇਕੱਠੇ 26 ਜਨਵਰੀ ਨੂੰ ਸੀਗੇ ਤੇ ਉਦੋਂ ਪ੍ਰੋਫੈਸਰ ਫੜ ਹੋ ਚੁੱਕਿਆ ਸੀ ਤੇ ਗੁਰਪ੍ਰੀਤ ਸਿਬੀ ਨਾਂ ਦੇ ਮੈਂ ਕਿਸੇ ਬੰਦੇ ਨੂੰ ਨਹੀਂ ਜਾਣਦਾ। ਸੋ ਉਹ ਕਹਿੰਦਾ ਜੀ ਬਾਅਦ 'ਚ ਫਿਰ ਤੁਸੀਂ ਉਹਨਾਂ ਦੇ ਪੁਲਿਸ ਦੇ ਕੋਲ ਰਹੇ 1.5-2 ਸਾਲ ਦੇ, ਤੁਸੀਂ ਅਜਮੇਰ ਸਿੰਘ ਲੋਧੀਵਾਲ, ਸ਼ੇਰ ਸਿੰਘ ਸ਼ੇਰ ਇਹੋ ਜਿਹੇ ਕੋਈ ਨਾਂ ਲੈਂਦਾ ਬਖਤੌਰਾ, ਇਹਨਾਂ ਨੂੰ ਫੜਿਆ। ਮੈਂ ਕਦੇ ਅਜਮੇਰ ਸਿੰਘ ਲੋਧੀਵਾਲ ਨੂੰ ਮੈਨੂੰ ਮਿਲਿਆ। ਅੱਛਾ, ਮੈਂ ਰਿਹਾ, ਮੈਨੂੰ ਉਹਨਾਂ ਨੇ ਰੱਖਿਆ ਜੀ 2 ਸਾਲ ਨਹੀਂ। ਮੈਂ ਜਦੋਂ ਇਹ ਆਪਣੇ ਬਣੀ ਹੈ ਨਾ ਸਰਕਾਰ, ਮਾਨ ਸਾਹਿਬ ਉਹਨਾਂ ਦੇ MP ਜਿੱਤੇ ਨੇ ਸਾਰੇ, ਹਾਂ ਹਾਂ, ਉਦੋਂ ਇਹਨਾਂ ਨੇ ਮੈਨੂੰ ਪੇਸ਼ ਕੀਤਾ। ਮੈਂ ਅਸੀਂ ਕੁਲਦੀਪ ਸਿੰਘ ਕੀਪਾ ਅਸੀਂ ਇਕੱਠੇ ਰਹੇ ਹਾਂ। ਕੁਲਦੀਪ ਸਿੰਘ ਕੀਪੇ ਨੂੰ ਮੈਂ ਤਾਂ 10 ਦਿਨ ਪਹਿਲਾਂ ਪੇਸ਼ ਕੀਤਾ ਅਤੇ ਮੈਨੂੰ ਬਾਅਦ 'ਚ ਪੇਸ਼ ਕੀਤਾ। ਪੇਸ਼ ਕਰਕੇ ਮੈਨੂੰ ਫਿਰ ਇਹਨਾਂ ਨੇ ਨਾਭੇ ਜੇਲ੍ਹ ਭੇਜਿਆ, ਨਾਭੇ ਕੇ ਸੰਗਰੂਰ, ਅਤੇ ਨਾਭੇ ਸੰਗਰੂਰ ਤੋਂ ਮੈਂ ਪਟਿਆਲੇ ਰਿਹਾ। ਪਟਿਆਲੇ ਰਹਿਣ ਤੋਂ ਬਾਅਦ ਫਿਰ ਕੁਝ ਜਮਾਨਤਾਂ ਹੋਈਆਂ ਅਤੇ ਨਾਭੇ ਤੋਂ ਪਟਿਆਲੇ ਗਿਆ, ਫਿਰ ਜਮਾਨਤਾਂ ਹੋਈਆਂ, ਫਿਰ ਬਾਹਰ ਆਇਆ। ਸੋ ਤੁਸੀਂ ਨਾਭੇ ਤੋਂ ਸ਼ਾਇਦ ਮੇਰੀ ਜਮਾਨਤ ਹੋਈ। ਸੋ ਤੁਸੀਂ ਇਹ ਮੁੰਡਿਆਂ ਨੂੰ ਨਹੀਂ ਫੜਾਇਆ, ਕਿਸੇ ਨੂੰ ਫੜਾਇਆ ਤੁਸੀਂ? ਮਤਲਬ ਨਹੀਂ, ਨਹੀਂ ਨਹੀਂ। ਪਿੰਕੀ ਇਹ ਵੀ ਕਹਿ ਰਿਹਾ ਵਾ ਕਿ ਤੁਹਾਡੇ 'ਤੇ ਜਿਹੜਾ ਕੇਸ, ਜਿਹਦੇ ਕੇਸ ਤੁਹਾਡੀ ਅਰੈਸਟ ਪਾਈ ਸੀਗੀ, ਉਹ ਵੀ ਪੁਲਿਸ ਨੂੰ ਤੁਸੀਂ ਕਿਹਾ ਵੀ ਮੈਨੂੰ ਅੰਦਰ ਰੱਖੋ ਨਹੀਂ ਤੇ ਮੁੰਡਿਆਂ ਨੇ ਮੈਨੂੰ, ਮੇਰੇ ਜਥੇਬੰਦੀ ਨੇ ਮੈਨੂੰ ਇਤਬਾਰ ਨਹੀਂ ਕਰਨਾ, ਤੇ ਫਿਰ ਉਹ ਕੇਸ ਉਹਨਾਂ ਨੇ ਮੇਰੇ ਘਰਦਿਆਂ ਨੇ, ਮੇਰੇ ਘਰ ਦੇ ਨੇ ਹਾਈ ਕੋਰਟ 'ਚ ਭੱਜ ਨੱਠ ਕੀਤੀ, ਰੇਡਾਂ ਹੋਈਆਂ, ਫਿਰ ਵੀ ਮੈਨੂੰ ਸਮੇਤ ਸਿੰਘਾਣੀ ਨੇ ਪੇਸ਼ ਨਹੀਂ ਕੀਤਾ। ਪੇਸ਼ ਉਦੋਂ ਕੀਤਾ ਜਦੋਂ ਸੁਮੇਧ ਸਿੰਘ ਸੈਣੀ ਦੀ ਲੁਧਿਆਣੇ ਤੋਂ ਬਦਲੀ ਹੋਈ ਆ। ਉੱਧਰ ਆਪਣੇ ਜਿਹੜੇ ਪਾਰਲੀਮੈਂਟ ਮੈਂਬਰ ਸੀ ਜਿੱਤੇ ਨੇ ਨਾ ਸਾਰੇ, ਜਦੋਂ ਜਮਾਨ ਸਾਹਿਬ ਨੂੰ ਜਿੱਤੇ ਨੇ ਉਦੋਂ ਪੇਸ਼ ਕੀਤਾ। ਉਦੋਂ ਬਾਅਦ ਬੀਬੀ ਬੁਲਾਰਾ ਮੈਨੂੰ ਮਿਲਣ ਆਏ ਨੇ ਆਪਣਾ ਨਾਭੇ ਜੇਲ੍ਹ 'ਚ। ਤੁਹਾਡੇ 'ਤੇ ਜਿਹੜਾ ਕੇਸ ਪਿਆ ਵਾ, ਕੇਸ ਪਿਆ ਹੈ ਰੋਪੜ 'ਚ ਪਿਆ ਵਾ? ਮੇਰੇ ਜੀ ਕੇਸ ਹੈ ਰੋਪੜ ਦੇ ਸੀਗੇ। ਰੋਪੜ ਦੇ ਵਿੱਚ ਕੋਈ ਵੈਪਨ ਦਾ ਕੇਸ ਪਿਆ ਤੁਹਾਡੇ 'ਤੇ? ਨਹੀਂ ਜੀ, ਮੇਰੇ 'ਤੇ ਵੈਪਨ ਦਾ ਕੇਸ ਕੋਈ ਨਹੀਂ ਪਿਆ। ਮੇਰੇ 'ਤੇ ਇਹਨਾਂ ਨੇ ਇੱਕ ਪਾਇਆ ਕੇਸ ਡਕੈਤੀ ਦਾ, ਇੱਕ ਪਾਇਆ ਕੇਸ ਮਰਡਰ ਦਾ। ਕੋਈ ਹਥਿਆਰ ਦਾ ਕੇਸ ਨਹੀਂ ਗਾ, ਕੋਈ ਵੈਪਨ, ਪਿਸਟਲ, ਰੋਲਵਰ ਕੋਈ? ਨਹੀਂ, ਮੇਰੇ 'ਤੇ ਦੋਏ ਕੇਸ ਪਾਏ ਨੇ। ਜਦੋਂ ਇਹਨਾਂ ਨੇ ਮੈਨੂੰ ਆਪਣਾ ਜਦੋਂ ਮੇਰੀ ਅਰੈਸਟ ਪਾਈ ਹੈ ਉਦੋਂ ਸ਼ਾਇਦ ਕੁਛ ਪਾਇਆ ਹੈ, ਪਤਾ ਨਹੀਂ। ਪਰ ਜਿਹੜੇ ਮੇਰੇ 'ਤੇ ਕੇਸ ਇਹਨਾਂ ਦੇ ਹੈਗੇ ਨੇ, ਉਹ ਇੱਕ ਮਰਡਰ ਕੇਸ ਹੈ, ਇੱਕ ਕੇਸ ਡਕੈਤੀ ਦਾ ਪਾਇਆ ਹੈ। ਮੇਰੇ 'ਤੇ ਜੀ ਅਰੈਸਟ ਇਹਨਾਂ ਨੇ ਅਰੈਸਟ ਵਾਕਈ ਮੇਰੇ ਰੋਪੜ ਤੋਂ ਪਾਈ ਇਹਨਾਂ ਨੇ, ਤੇ ਕਿਉਂਕਿ ਰੋਪੜ ਤੋਂ ਅਰੈਸਟ ਪਾਏ ਕਿਉਂਕਿ ਮੈਨੂੰ ਇੰਟੈਰੋਗੇਟ ਬਹੁਤ ਕੀਤਾ। ਮੈਂ ਕੁਲਦੀਪ ਸਿੰਘ ਕੀਪਾ ਸਾਨੂੰ ਇਕੱਠੇ ਰੱਖਿਆ ਬਹੁਤ, ਕੁਲਦੀਪ ਕੀਪਾ ਮੇਰੇ ਤੋਂ 10 ਦਿਨ ਪਹਿਲਾਂ ਮਤਲਬ ਪੇਸ਼ ਹੋਏ, ਪੇਸ਼ ਕੀਤੇ ਨੇ, ਤੇ ਲੇਕਿਨ ਜਿਹੜੇ ਮੇਰੇ 'ਤੇ ਕੇਸ ਪਾਏ ਨੇ ਉਹ ਮਰਡਰ ਦੇ ਪਾਏ ਨੇ। ਓਕੇ, ਇੱਕ ਮਰਡਰ ਦਾ ਕੇਸ ਹੈ, ਇੱਕ ਡਕੈਤੀ ਦਾ ਕੇਸ ਹੈ। ਔਰ ਹਥਿਆਰ ਦਾ ਵੀ ਹੈ ਕੇਸ? ਤੇ ਦੋਨੋਂ ਨੇ ਹਥਿਆਰ ਦਾ ਨਹੀਂ ਹੈ। ਸੋ ਟੋਟਲ ਤੁਸੀਂ CRPF ਦੀ ਕਸਟਡੀ 'ਚ ਕਿੰਨੀ ਕੁ ਦੇਰ ਰਹੇ ਜੇ? ਮੈਂ ਜੀ ਲਗਭਗ ਰਿਹਾ ਹੈਗਾ ਅਬਾਊਟ ਲਗਭਗ ਸਾਲ। ਇੱਕ ਸਾਲ? ਤੇ ਉਹ ਬਿਨਾਂ ਕੇਸ ਪਾਏ ਰੱਖਿਆ ਤੁਹਾਨੂੰ ਉਹਨਾਂ ਨੇ? ਬਿਨਾਂ ਕੇਸ ਪਾਇਆ ਜੀ, ਘਰਦੇ ਨੇ ਅਖਬਾਰਾਂ 'ਚ, ਘਰਦੇ ਨੇ ਪਟੀਸ਼ਨਾਂ ਕੀਤੀਆਂ ਹਾਈ ਕੋਰਟ, ਕਦੇ ਕਿਤੇ ਕਦੇ ਕਿਤੇ ਕਦੇ ਕਿਤੇ। ਤੇ ਜਿਹੜਾ ਤੁਹਾਨੂੰ ਇਹ ਸਾਲ ਇਹਨਾਂ ਨੇ ਰੱਖਿਆ ਆਪਣੇ ਕੋਲ, ਉਹਦੇ 'ਚ ਫਿਰ ਤੁਸੀਂ ਕਿਸੇ ਨੂੰ ਪਛਾਣਿਆ, ਕੋਈ ਬੰਦੇ ਫੜਾਏ ਕੋਈ, ਜਾਂ ਕੀ ਕੀਤਾ ਉਸ ਸਾਲ 'ਚ? ਬਿਲਕੁਲ ਨਹੀਂ ਜੀ, ਇੱਕ ਵੀ ਨਹੀਂ। ਉਸ ਉੱਥੇ ਇੰਟੈਰੋਗੇਟ ਕਰਦੇ, ਜਿਵੇਂ ਹੁਣ ਮੁੰਡਾ ਮੋਹਾਲੀ ਤੋਂ ਫੜਿਆ ਗਿਆ ਪਿੰਕਾ, ਉਹਨੂੰ ਇੰਟੈਰੋਗੇਟ ਕੀਤਾ, ਉਹਨੇ ਦੱਸਿਆ ਵੀ ਅਸੀਂ ਕੋਈ ਚੰਨ ਨਾਲ ਸੀ, ਮੈਨੂੰ ਆ ਕੇ ਫਿਰ ਢਾ ਲਿਆ ਕਿ ਹੁਣ ਤਾਂ ਕੋਈ ਪੁੱਛਿਆ ਨਹੀਂ। ਹਾਂ, ਇਹ ਮੁੰਡਾ ਉਹ ਪਿੰਕਾ ਮੋਹਾਲੀ, ਪਿੰਕਾ ਮੋਹਾਲੀ ਸੀ ਇਹ? ਪਿੰਕਾ ਸਾਡੇ ਨਾਲ ਹੁੰਦਾ ਸੀਗਾ, ਇਹ ਨਹੀਂ, ਇਹ ਪਿੰਕਾ ਨਹੀਂ ਜੀ, ਇਹ ਜਿਹੜਾ ਪਿੰਕੀ, ਇਹ ਨਹੀਂ, ਇੱਕ ਹੋਰ ਮੁੰਡਾ ਹੁੰਦਾ ਸੀਗਾ। ਹਾਂ, ਪਿੰਕਾ ਮੋਹਾਲੀ, ਜਸਵੀਰ ਸਿੰਘ। ਜਸਵੀਰ ਸਿੰਘ, ਹਾਂਜੀ। ਅੱਛਾ, ਜਦੋਂ ਪ੍ਰੋਫੈਸਰ ਬੁਲਾਰੇ ਨੂੰ ਇਹ ਚੰਡੀਗੜ੍ਹੋਂ ਫੜ ਕੇ ਲੈ ਕੇ ਗਏ ਆ,
ਔਰ ਜੋ ਪ੍ਰੋਫੈਸਰ ਬੁਲਾਰੇ ਨੂੰ ਪਿੰਕੀ ਮੁਤਾਬਕ ਜਦੋਂ ਸੁਮੇਧ ਸਿੰਘ ਸੈਣੀ ਦੇ ਕੋਲ ਪੇਸ਼ ਕੀਤਾ ਵਾ, ਉਦੋਂ ਤੁਹਾਨੂੰ ਉਹਦੇ ਆਹਮਣੋ ਸਾਹਮਣੇ ਕਰਾਇਆ ਸੀ? ਨਹੀਂ ਜੀ, ਮੈਂ ਤਾਂ ਉਦੋਂ ਫੜੇ ਨਹੀਂ ਸੀ ਹੋਇਆ। ਤੁਸੀਂ ਫੜੇ ਨਹੀਂ ਸੀ ਹੋਏ? ਉਹ ਮੁੰਡਾ ਜਿਹਨੇ ਮੈਨੂੰ ਤੇ ਬੁਲਾਰੇ ਨੂੰ ਫੜਾਇਆ, ਉਹ ਮੁੰਡਾ ਪਤਾ ਲੱਗਦਾ ਕਰਾਇਆ ਸੀ, ਮੈਂ ਤਾਂ ਉਦੋਂ ਫੜੇ ਨਹੀਂ ਸੀ, ਮੈਂ ਤਾਂ ਪ੍ਰੋਫੈਸਰ ਬੁਲਾਰੇ ਤੋਂ ਬਾਅਦ ਫੜਾਇਆ। ਫਿਰ ਤੁਹਾਨੂੰ ਕੀ ਲੱਗਦਾ ਗੁਰਚਰਨ ਸਿੰਘ ਜੀ, ਤੁਹਾਨੂੰ ਕੀ ਲੱਗਦਾ ਫਿਰ ਛੱਡਿਆ ਕਿਉਂ ਤੁਹਾਨੂੰ? ਹੈਂਜੀ, ਤੁਹਾਨੂੰ ਛੱਡਿਆ ਕਿਉਂ? ਕਿਉਂਕਿ ਪਿੰਕੀ ਆਉਂਦਾ ਜੀ, ਇਹਨੂੰ ਗੁਰਚਰਨ ਸਿੰਘ ਨੂੰ ਅਸੀਂ ਇਸ ਕਰਕੇ ਛੱਡਿਆ ਵੀ ਇਹਨੇ ਸਾਡੀ ਮਦਦ ਬੜੀ ਕੀਤੀ ਸੀ। ਪਿੰਕੀ ਨੇ ਤਾਂ ਹੁਣ ਆਪ ਉੱਤੇ ਮਰਡਰ ਕੇਸ ਪਏ ਨੇ, ਬਹੁਤ ਕੁਛ ਕਹਿਣਾ ਕਿ ਨਾ। ਉਹ ਤੁਹਾਡਾ ਨਾਂ ਕਿਉਂ ਲੈ ਰਿਹਾ, ਤੁਹਾਨੂੰ ਕੀ ਲੱਗਦਾ ਉਹ ਨਾਂ ਕਿਉਂ ਲੈ ਰਿਹਾ? ਨਾਂ ਵੈਸਾ ਕਿ ਮੈਂ ਉੱਥੇ ਰਿਹਾ ਕਾਫੀ ਦੇਰ, ਉੱਥੇ ਆਪਣਾ ਕੀਪਾ ਵੀ ਰਿਹਾ, ਉੱਥੇ ਹੋਰ ਵੀ ਕਈ ਸਿੰਘ ਰਹੇ ਨੇ, ਤੇ ਇੱਕ ਵਾਰੀ ਮੈਨੂੰ ਮੇਰਾ ਖਿਆਲ ਹੈ ਵੀ ਗੁਰਚਰਨ ਸਿੰਘ ਜੀ, ਦੇਖੋ ਸਾਡਾ ਤਾਂ ਫਰਜ਼ ਬਣਦਾ ਸੀ ਤੁਹਾਡੇ ਨਾਲ ਜ਼ਰੂਰ ਗੱਲ ਕਰੀਏ, ਔਰ ਜੇ ਅਸੀਂ ਇਹਦਾ ਕੁਛ ਇਸਤੇਮਾਲ ਕੀਤਾ ਤੇ ਤੁਹਾਡੇ ਵੱਲੋਂ ਆ ਕਹਿ ਦਈਏ ਵੀ ਤੁਸੀਂ ਆ ਕੁਛ ਕਿਹਾ ਵਾ? ਬਿਲਕੁਲ ਬਿਲਕੁਲ, ਪਰ ਗੱਲ ਇੱਦਾਂ ਹੈ ਵੀ ਇਹ ਹੁਣ ਜਿਹੜਾ ਸਿਸਟਮ ਚੱਲਦਾ ਵੀ ਲੋਕੀ ਇਲਜ਼ਾਮ ਵਾਲੇ ਪਾਸੋਂ ਜ਼ਿਆਦਾ ਜਾਂਦੇ, ਸੱਚਾਈ ਵਾਲੇ ਪਾਸੋਂ ਘੱਟ ਜਾਂਦੇ, ਔਰ ਬਦਨਾਮ ਵੀ ਉਹ ਬੰਦੇ ਹੋ ਰਹੇ ਨੇ ਜਿਹੜਿਆਂ ਨੇ ਸੰਘਰਸ਼ ਵਿੱਚ ਕੁਛ ਕੀਤਾ ਜੀ। ਠੀਕ ਹੈ ਨਾ, ਲੋਕਾਂ ਨੇ, ਮਤਲਬ ਮੈਂ ਤਾਂ ਚਾਹੁੰਦਾ ਵੀ ਗੱਲ ਓਦਾਂ ਹੀ ਨਾ ਮੀਡੀਆ 'ਚ ਆਵੇ, ਲੋਕਾਂ ਨੇ ਗੱਲ ਮੇਰੇ ਵਾਲੀ ਫਲੈਸ਼ ਨਹੀਂ ਕਰਨੀ, ਲੋਕਾਂ ਨੇ ਉਹਦੇ ਵਾਲੀ ਫਲੈਸ਼ ਕਰਨੀ ਵੀ ਦੇਖੋ ਜੀ ਪਿੰਕੀ ਐਂ ਕਹਿੰਦਾ। ਜਿਹੜਾ ਬੰਦਾ ਮਰਡਰ ਕੇਸ ਸਜ਼ਾ ਕੱਟ ਚੁੱਕਿਆ, ਤੇ ਖੈਰ ਸਾਡੇ ਨਾਲ ਤਾਂ ਨਹੀਂ ਸੀ, ਪਤਾ ਨਹੀਂ ਕਿਹੜੇ ਸਿੰਘਾਂ ਨਾਲ ਸੀਗਾ, ਉਹਨੇ ਨਾਲ ਦੇ ਸੰਘ ਸਾਰੇ ਫੜਾ ਕੇ ਮਰਵਾਏ ਨੇ। ਉਹ ਆਂਦਾ ਜੀ ਜਦੋਂ ਇਹਦਾ ਪਾਸਪੋਰਟ ਬਣਿਆ ਗੁਰਚਰਨ ਸਿੰਘ ਦਾ, ਉਹਦੇ ਵਿੱਚ ਵੀ ਜਿਹੜੀ ਪੁਲਿਸ ਕਲੀਅਰੈਂਸ ਹੋਈ ਉਹਦੇ 'ਚ ਅਸੀਂ ਮਦਦ ਕੀਤੀ ਹੈ, ਉਹਦੀ ਪੁਲਿਸ ਕਲੀਅਰੈਂਸ ਲੈਣ 'ਚ। ਮੈਂ ਜੀ ਆਪਣੇ ਮੈਂ ਆਪਣੇ ਪਾਸਪੋਰਟ 'ਤੇ ਉੱਥੋਂ ਆਊਟ ਹੀ ਨਹੀਂ ਹੋਇਆ, ਤੇ ਜਿਹੜਾ ਮੇਰਾ ਪਾਸਪੋਰਟ ਬਣਿਆ ਸੀ, ਮੇਰਾ ਪਹਿਲਾ ਪਾਸਪੋਰਟ ਬਣਿਆ ਸੀਗਾ 87 ਦਾ। ਰਾਈਟ, ਠੀਕ ਹੈ। 87 'ਚ ਮੇਰਾ ਪਹਿਲਾ ਪਾਸਪੋਰਟ ਬਣਿਆ ਸੀਗਾ, ਉਹਦੇ 'ਤੇ ਮੈਂ ਉੱਥੋਂ ਆਊਟ ਨਹੀਂ ਹੋਇਆ, ਔਰ ਕਿਸੇ ਨੂੰ ਨਹੀਂ ਪਤਾ ਵੀ ਮੈਂ ਕਿਸ ਨਾਂ 'ਤੇ ਆਊਟ ਹੋਇਆ। ਮੈਂ ਦਿੱਲੀਓਂ ਲੋਕਲ ਕਿਸੇ ਬੰਦੇ ਦਾ ਨਾਂ ਦੇ ਕੇ, ਦਿੱਲੀਓਂ ਹੀ ਪੈਸੇ ਦੇ ਕੇ ਪਾਸਪੋਰਟ ਬਣਾਇਆ। ਗੁਰਚਰਨ ਸਿੰਘ ਸੈਦਪੁਰ ਨਾਲ ਗੱਲ ਕਰਨ ਤੋਂ ਬਾਅਦ ਜਦੋਂ ਮੈਂ ਗੁਰਮੀਤ ਸਿੰਘ ਪਿੰਕੀ ਨੂੰ ਕਿਹਾ ਕਿ ਗੁਰਚਰਨ ਸਿੰਘ ਸੈਦਪੁਰ ਨੇ ਕਈ ਕੁਛ ਡਿਨਾਏ ਕੀਤਾ ਵਾ, ਤਾਂ ਉਹਨਾਂ ਨੇ ਕਿਹਾ ਕਿ ਉਹ ਉਹਨਾਂ ਦੇ ਆਹਮਣੋ ਸਾਹਮਣੇ ਹੋਣ ਨੂੰ ਤਿਆਰ ਨੇ।